ਮਿੱਤਰਾਂ ਪਿਆਰਿਆਂ ਨੂੰ ਚੰਨ ਤੇ ਸਤਾਰਿਆਂ ਨੂੰ ਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਯਾਨੀ ਕਿ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਜੀ ਅੱਜ ਦੇ ਇਸ ਸ਼ੋਅ ਦੇ ਵਿੱਚ। ਮੈਂ ਸ਼ੋਅ ਦੇ ਸ਼ੁਰੂ ਵਿੱਚ ਹੀ ਸਾਡੇ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਅੱਜ ਦਾ ਸ਼ੋਅ ਰਿਕਾਰਡਡ ਸ਼ੋਅ ਹੋਏਗਾ, ਜਿਹੜਾ ਤੁਸੀਂ ਸਾਰਾ ਦੇਖੋਗੇ। ਮਤਲਬ ਸਿੱਧੇ ਲਫ਼ਜ਼ਾਂ ਦੇ ਵਿੱਚ ਕਹੀਏ ਤਾਂ ਕਾਲਾਂ ਦਾ ਸਿਲਸਿਲਾ ਅੱਜ ਆਪਣੇ ਕੋਲ ਨਹੀਂ ਰੱਖਣਾ ਹੈ। ਕਾਰਨ ਉਹਦਾ ਇਹ ਹੈ ਵੀ ਰਿਕਾਰਡਿੰਗ ਕਰਨੀ ਪਈ ਮੈਂ, ਕਿਉਂਕਿ ਬਾਹਰ ਜਾਣਾ ਥੋੜ੍ਹਾ ਜਿਹਾ ਕਿਤੇ ਤਪੇਸ ਕਰਕੇ ਰਿਕਾਰਡਿੰਗ ਕਰ ਰਿਹਾ, ਪਰ ਇਹ ਚੀਜ਼ ਪੱਕੀ ਹੈ ਵੀ ਅੱਜ ਦੇ ਸ਼ੋਅ ਦੇ ਵਿੱਚ ਵੀ ਤੁਹਾਨੂੰ ਆਨੰਦ ਪੂਰਾ ਆਏਗਾ। ਜਿੰਨਾ ਤੁਹਾਨੂੰ ਕਾਲਾਂ ਕਰਕੇ ਆਨੰਦ ਆਉਂਦਾ, ਉਨਾ ਹੀ ਅੱਜ ਦਾ ਸ਼ੋਅ ਦੇਖ ਕੇ ਜਿਹੜਾ ਪੂਰਾ ਆਨੰਦ ਆਊਗਾ। ਗੱਲ ਪੰਜਾਬ ਦੀ ਕਰੀਦੀ ਹੈ, ਪੰਜਾਬੀਆਂ ਦੀ ਕਰੀਦੀ ਹੈ ਅਤੇ ਪੰਜਾਬੀ ਦੇ ਵਿੱਚ ਹੀ ਗੱਲ ਹਮੇਸ਼ਾ ਆਪਾਂ ਕਰੀਦੀ ਹੈ। ਸੋ ਬੜਾ ਵਧੀਆ ਲੱਗਦਾ ਤੁਹਾਡੇ ਨਾਲ ਗੱਲਬਾਤ ਕਰਕੇ ਸਾਰਾ। ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ ਅਤੇ ਅੱਜ ਚਲੋ ਜਿੱਥੇ ਮੈਂ ਗੱਲ ਕਰਦਾ, ਦਵਿੰਦਰ ਹੋਠੀ ਤਾਂ ਫੋਨ 'ਤੇ ਹੋਏਗਾ ਹੋਏਗਾ, ਨਾਲ ਦੀ ਨਾਲ ਜਿਹੜੀ ਅੱਜ ਮੈਂ ਗੱਲ ਕਰਨੀ ਹੈ ਅਤੇ ਵਿਸ਼ਾ ਜਿਹੜਾ ਬੜਾ ਹੀ ਇੰਟਰਸਟਿੰਗ ਹੋਏਗਾ ਜਿਸ ਵਿਸ਼ੇ 'ਤੇ ਮੈਂ ਗੱਲਬਾਤ ਕਰਨੀ। ਵਿਸ਼ਾ ਇਹ ਹੈ ਜੀ, ਜਦੋਂ ਸਾਡੇ ਕੋਈ ਪੰਜਾਬ ਦੇ ਵਿੱਚੋਂ ਇੱਧਰਲੇ ਮੁਲਕਾਂ ਦੇ ਵਿੱਚ ਪੰਜਾਬੀ ਆਉਂਦਾ, ਜਿਹੜੇ ਤਾਂ ਲੀਗਲ ਆਉਂਦੇ ਆ ਉਹ ਵੀ ਅਤੇ ਜਿਹੜੇ ਇਲੀਗਲ ਆਉਂਦੇ ਉਹ ਵੀ, ਸਭ ਤੋਂ ਪਹਿਲਾ ਕੰਮ ਹੁੰਦਾ ਵੀ ਜਦੋਂ ਸੋਸ਼ਲ ਸਿਕਿਉਰਿਟੀ ਆ ਗਈ ਅਤੇ ਪਹਿਲਾ ਕੰਮ ਉਦੋਂ ਇਹ ਹੁੰਦਾ, ਨਿਊਯਾਰਕ ਦੀ ਗੱਲ ਕਰੀਏ, ਉੱਥੇ ਤਾਂ ਲਾਇਸੈਂਸ ਅਲੱਗ ਲੈਣਾ ਪੈਂਦਾ ਟੈਕਸੀ ਦਾ, TLC ਲਾਇਸੈਂਸ ਲੈਣਾ ਪੈਂਦਾ ਨਿਊਯਾਰਕ ਦੇ ਵਿੱਚ। ਤਾਂ ਹੁਣ ਤਾਂ ਉਹ ਵੀ ਬੰਦ ਕੀਤੇ ਹੋਏ ਉਹਨਾਂ ਨੇ, ਨਵੇਂ ਲਾਇਸੈਂਸ ਇਸ਼ੂ ਨਹੀਂ ਕਰ ਰਹੇ ਕਿਉਂਕਿ 60-65 ਹਜ਼ਾਰ ਪਹਿਲਾਂ ਹੀ ਵੇਟਿੰਗ ਚੱਲ ਰਹੇ ਨੇ। ਇੱਧਰਲੇ ਕੈਲੀਫੋਰਨੀਆ ਦੀ ਗੱਲ ਕਰੀਏ, ਹੋਰ ਸਟੇਟਸ ਦੇ ਵਿੱਚ ਜਿਹੜਾ ਅਲੱਗ ਲਾਇਸੈਂਸ ਨਹੀਂ ਲੈਣਾ ਪੈਂਦਾ। ਨਿਊਯਾਰਕ ਦੀ ਮੈਂ ਗੱਲ ਕਰਾਂ ਕਿਉਂਕਿ ਜਿਹੜਾ ਬੰਦਾ ਆਉਂਦਾ ਪਹਿਲਾਂ ਸਿੱਧੀ ਫਲਾਈਟ ਨਿਊਯਾਰਕ ਆਉਂਦੀ ਹੈ, ਕਿਤੇ ਵੀ ਆਉਂਦਾ ਚਾਹੇ ਮੈਕਸੀਕੋ ਦੇ ਬਾਰਡਰ ਤੋਂ ਆਵੇ ਤਾਂ ਨਿਊਯਾਰਕ ਹੀ ਆਉਂਦਾ। ਉਹਦਾ ਕਾਰਨ ਇਹ ਹੈ ਵੀ ਉੱਥੇ ਗੱਡੀ ਬਿਨਾਂ ਸਰ ਜਾਂਦਾ ਹੈ, ਅਮਰੀਕਾ ਦੀਆਂ ਹੋਰ ਸਟੇਟਸ ਦੇ ਵਿੱਚ ਗੱਡੀ ਤੋਂ ਬਿਨਾਂ ਨਹੀਂ ਸਰਦਾ। ਤੁਹਾਡੇ ਕੋਲ ਕਾਰ ਬਹੁਤ ਜ਼ਰੂਰੀ ਹੈ, ਉੱਥੇ ਜ਼ਰੂਰੀ ਨਹੀਂ ਹੈ। ਫਿਰ ਦੂਜਾ ਗੱਡੀ ਤੋਂ ਬਿਨਾਂ ਸਰ ਜਾਂਦਾ, ਕਾਰ ਤੋਂ ਬਿਨਾਂ ਫਿਰ ਰਹਿਣਾ ਥੋੜ੍ਹਾ ਸੌਖਾ, ਬੇਸਮੈਂਟਾਂ ਦੇ ਵਿੱਚ ਰਲ ਮਿਲ ਕੇ ਮੁੰਡੇ ਰਹਿ ਲੈਂਦੇ ਆ 5-5, 7-7 ਜਾਣੇ, ਉਹ ਵੀ ਸੌਖਾ ਕੰਮ ਹੋ ਗਿਆ। ਅਤੇ ਤੀਜਾ ਰੋਟੀ ਪਾਣੀ ਦਾ ਵੀ ਫਿਰ ਸਰ ਜਾਂਦਾ ਉੱਥੇ ਰਿਚਮੰਡ ਹਿੱਲ ਦੇ ਵਿੱਚ। ਤਕਰੀਬਨ ਆਪਣੇ ਪੰਜਾਬੀ ਜਿੰਨੇ ਆਉਂਦੇ ਨੇ, ਪੰਜਾਬੀਆਂ ਦੇ ਘਰ ਬਹੁਤ ਨੇ, ਉਹ ਲੱਗਦਾ ਹੀ ਨਹੀਂ ਹੈਗਾ ਵੀ ਪੰਜਾਬ ਆ ਕਿ ਅਮੈਰੀਕਾ, ਰਿਚਮੰਡ ਹਿੱਲ ਜਿਹੜਾ ਏਰੀਆ ਹੈਗਾ। ਅਸੀਂ ਵੀ ਉੱਥੇ ਹੀ ਕਾਫੀ ਦੇਰ ਰਹੇ ਹਾਂ ਅਤੇ ਮੇਰੇ ਵੀ ਜਦੋਂ ਬੱਚੇ ਪਹਿਲੀ ਵਾਰ ਆਏ ਤਾਂ ਇਹਨਾਂ ਨੂੰ ਮੈਂ ਘਰੋਂ ਗੁਰਦੁਆਰਾ ਸਾਹਿਬ, ਵਾਈਫ ਨੂੰ ਅਤੇ ਬੇਟੇ ਨੂੰ ਗੁਰਦੁਆਰਾ ਸਾਹਿਬ ਚੱਲੇ ਸੀ। ਮੈਂ ਕਿਹਾ ਵੀ ਪੈਦਲ ਹੀ ਚੱਲਦੇ, ਕੋਈ ਦੂਰ ਨਹੀਂ ਬੜਾ ਹੈਗਾ, ਅੱਧੇ ਮੀਲ 'ਤੇ ਹੈਗਾ। ਜਾਂਦੇ ਜਾਂਦੇ ਇਹ ਕਹਿੰਦੇ ਵੀ ਆਹ ਅਮਰੀਕਾ ਹੈ, ਇਹ ਦੂਜਾ ਚੰਡੀਗੜ੍ਹ ਵਧੀਆ ਸਾਡਾ, ਕਹਿਣ ਤੋਂ ਭਾਵ ਪੂਰਾ ਮਾਹੌਲ ਪੰਜਾਬ ਵਾਲਾ ਉੱਥੇ ਹੈਗਾ ਬਣਿਆ ਹੋਇਆ। ਅਤੇ ਰੋਟੀ ਪਾਣੀ ਦੀ ਜਿਹੜੀ ਮੈਂ ਗੱਲ ਕੀਤੀ ਆ ਉਹ ਇਹ ਹੈ ਕਿ ਗੁਰੂ ਘਰ 2 ਨੇ ਉੱਥੇ ਨਾਲ ਨਾਲ, ਫਿਰ ਕਈ ਜਿਹੜੇ ਹੈਗੇ ਨੇ ਜ਼ਰੂਰਤਮੰਦ, ਚਲੋ ਪਰਮਾਤਮਾ ਸਭ ਨੂੰ ਰੋਜ਼ੀ ਰੋਟੀ ਦਿੰਦਾ ਸ਼ੁਰੂ ਦੇ ਵਿੱਚ, ਫਿਰ ਕੀ ਕਰਦੇ ਨੇ ਸਵੇਰੇ ਗੁਰੂ ਘਰ 'ਚ ਲੰਗਰ ਛੱਕ ਗਏ, ਕੰਮ 'ਤੇ ਚੱਲ ਗਏ, ਸ਼ਾਮੀ ਫਿਰ ਆ ਕੇ ਗੁਰੂ ਘਰ ਦੇ ਵਿੱਚ ਲੰਗਰ ਛੱਕ ਕੇ ਅਤੇ ਘਰ ਆ ਗਏ, ਪੈਸਾ ਜੋੜਦੇ ਨੇ। ਪਰ ਜਦੋਂ ਪੇਪਰ ਹੋ ਜਾਂਦੇ ਨੇ ਕਿਸੇ ਵੀ ਬੰਦੇ ਦੇ, ਤਾਂ ਪਹਿਲਾ ਕੰਮ ਉੱਥੇ TLC ਲਾਇਸੈਂਸ ਬਣਾਉਂਦਾ, ਅਗਲਾ ਊਬਰ ਚਲਾਉਣੀ, ਗੱਡੀਆਂ ਕਿਰਾਏ 'ਤੇ ਮਿਲ ਜਾਂਦੀਆਂ। ਜਦੋਂ TLC ਲਾਇਸੈਂਸ ਜਾਂ ਊਬਰ ਚਲਾ ਕੇ ਵਾਹ ਵਾਹ ਕੰਮ ਮਾੜਾ ਜਿਹਾ ਸਿੱਟ ਜਿਹਾ ਹੋ ਜਾਂਦਾ, ਤਾਂ ਫਿਰ ਉਦੋਂ ਬਾਅਦ ਪੈਂਦਾ ਹੀ ਉੱਥੋਂ ਫਲਾਈਟ ਲੈਂਦੇ ਨੇ ਨਿਊਯਾਰਕ ਤੋਂ ਕੈਲੀਫੋਰਨੀਆ ਦੀ। ਕਾਹਦੇ ਵਾਸਤੇ? ਟਰੱਕ ਦਾ ਲਾਇਸੈਂਸ ਬਣਾਉਣ ਵਾਸਤੇ। ਸੋ ਟਰੱਕ ਦਾ ਲਾਇਸੈਂਸ ਬਣਾ ਕੇ ਤਾਂ ਫਿਰ ਕਹਿੰਦੇ ਵੀ ਵਾਰੇ ਨਿਆਰੇ ਸਾਡੇ, ਮੇਰੇ ਖਿਆਲ ਬਾਹਲੇ ਲੋਕ ਜ਼ਿਆਦਾਤਰ ਪੰਜਾਬੀ ਟਰੱਕ ਤੋਂ ਸ਼ੁਰੂ ਹੋ ਕੇ ਅਤੇ ਫਿਰ ਚਲਾ ਕੇ ਟਰੱਕ ਅਤੇ ਫਿਰ ਗੈਸ ਸਟੇਸ਼ਨਾਂ ਵਾਲੇ ਪਾਸੇ ਆ ਜਾਂਦੇ ਨੇ, ਫਿਰ ਹੋਰ ਬਿਜ਼ਨਸ ਵਾਲੇ ਪਾਸੇ, ਹੋਟਲਾਂ ਵਾਲੇ ਪਾਸੇ, ਜਾਣੀ ਕਿ ਫਿਰ ਸੌਖੇ ਕੰਮ ਵਾਲੇ ਪਾਸੇ ਆ ਜਾਂਦੇ ਆ। ਸੋ ਗੱਲ ਕਰਨੀ ਹੈ ਜੀ ਅੱਜ ਟਰੱਕਾਂ ਦੀ, ਟਰੱਕਾਂ ਦੇ ਡਰਾਈਵਰਾਂ ਦੀ। ਵੈਸੇ ਸਾਡਾ ਇੱਕ ਸ਼ੋਅ ਚੱਲਦਾ, ਦ ਟਰੱਕ ਸ਼ੋਅ, ਮਾਈਲਜ਼ ਐਂਡ ਸਟਾਈਲ, ਸ਼ੁੱਕਰਵਾਰ ਸ਼ਾਮੀ ਆਉਂਦਾ ਉਹ, ਜਿਹੜਾ ਇੱਥੋਂ ਕੈਲੀਫੋਰਨੀਆ ਈਸਟਰਨ ਪੈਸੀਫਿਕ ਟਾਈਮ ਦੀ ਗੱਲ ਕਰੀਏ ਤਾਂ ਸ਼ਾਮੀ 7:30 ਵਜੇ ਆਉਂਦਾ, 4:30 ਵਜੇ ਇੱਥੋਂ ਦੇ, 7:30 ਨਿਊਯਾਰਕ ਟਾਈਮ ਦੇ, ਅਤੇ ਸੰਡੇ ਨੂੰ ਉਹਦੀ ਰਿਪੀਟ ਹੁੰਦੀ ਹੈ। ਉਹਦੇ 'ਚ ਵੀ ਅਸੀਂ ਟਰੱਕਾਂ ਦੀ ਗੱਲ ਕਰੀਦੀ ਹੈ, ਪਰ ਉਹਦੇ 'ਚ ਥੋੜ੍ਹੀ ਹੋਰ ਤਰੀਕੇ ਨਾਲ ਹੁੰਦੀ, ਉਹ ਬਿਜ਼ਨਸ ਦੀ ਪ੍ਰਮੋਸ਼ਨ ਹੁੰਦੀ ਉਹਦੇ 'ਚ, ਕਿਸੇ ਵੀ ਟਰੱਕਾਂ ਨਾਲ ਰਿਲੇਟਡ, ਟਰੱਕ ਇੰਡਸਟਰੀ ਨਾਲ ਰਿਲੇਟਡ ਬੰਦਾ ਹੁੰਦਾ, ਉਹਨਾਂ ਨਾਲ ਗੱਲਬਾਤ ਕਰੀਦੀ ਜਾ ਕੇ ਉੱਥੇ, ਉਹ ਸ਼ੋਅ ਅਲੱਗ ਹੈ। ਪਰ ਅਸੀਂ ਗੱਲ ਕਰੀਏ ਜਿਹੜੀ ਟਰੱਕਾਂ ਦੀ ਅਤੇ ਟਰੱਕ ਡਰਾਈਵਰਾਂ ਦੀ, ਪੰਜਾਬ ਦੇ ਨਾਲ ਇੱਧਰਲੇ ਮੁਲਕਾਂ ਨੂੰ ਕੰਪੇਅਰ ਕਰੀਏ ਟਰੱਕ ਡਰਾਈਵਰਾਂ ਨੂੰ ਜਾਂ ਟਰੱਕਾਂ ਨੂੰ, ਤਾਂ ਜ਼ਮੀਨ ਅਸਮਾਨ ਦਾ ਫਰਕ ਹੈ। ਪੰਜਾਬ ਦੇ ਟਰੱਕ ਤੁਹਾਡੀਆਂ ਅੱਖਾਂ ਸਾਹਮਣੇ ਘੁੰਮ ਗਏ ਹੋਣਗੇ, ਪੱਕਾ ਪੱਕਾ ਘੁੰਮ ਗਏ ਹੋਣਗੇ ਜਦੋਂ ਮੈਂ ਗੱਲ ਕਰੂੰਗਾ ਪੰਜਾਬ ਦੇ ਟਰੱਕਾਂ ਦੀ। ਹੁਣ ਤਾਂ ਕਾਫੀ ਸੁਧਾਰ ਹੋ ਗਿਆ ਲੱਗਦਾ, ਪਰ ਟਰੱਕਾਂ ਦਾ ਜਿਹੜਾ ਪਹਿਲਾ ਹਾਲ ਸੀ ਅਤੇ ਸਭ ਤੋਂ ਪਹਿਲੀ ਗੱਲ ਇਹ ਸੀ ਉੱਥੇ ਕਿ ਜੇ ਕੋਈ ਨਹੀਂ ਕੰਮ ਮਿਲਦਾ ਤਾਂ ਹੋਰ ਕੁਛ ਨਹੀਂ ਤਾਂ ਟਰੱਕ 'ਤੇ ਚੜ੍ਹ ਜਾ।
ਫਿਰ ਟਰੱਕ 'ਤੇ ਚੱਲ ਜਾਂਦੇ, ਉੱਦਾਂ ਹੀ ਪਹਿਲਾਂ ਕਲਿੰਡਰ ਜਾਂਦਾ ਨਾਲ ਬੰਦਾ, ਕਲਿੰਡਰ ਰੱਖ ਲਿਆ, ਕਲਿੰਡਰ ਯਾਰਾ ਵੇ ਲੰਬਿਆਂ ਰੂਟਾਂ 'ਤੇ ਗਾਣੇ ਵੀ ਬਣੇ ਆ, ਕਲਿੰਡਰ ਜਾਂਦਾ ਜਦੋਂ ਤਾਂ ਫਿਰ ਉਹਨੂੰ ਕਲਿੰਡਰ ਜਿਹੜਾ ਹੁੰਦਾ ਉਹਦਾ ਕੰਮ ਹੁੰਦਾ ਵੀ ਸੱਜੇ ਪਾਸੇ ਡਰਾਈਵਰ ਅਤੇ ਖੱਬੇ ਹੱਥ ਬੈਠੇ ਨੇ ਉਹਦੇ, ਕੋਈ ਮੋੜ ਹੋਵੇ ਨਾ ਹੋਵੇ, ਗੱਡੀ ਮੁੜਨੀ ਹੋਵੇ ਨਾ ਹੋਵੇ, ਆਪਦੇ ਹੱਥ 'ਚ ਸਾਫਾ ਜਿਹਾ ਹੁੰਦਾ, ਉਹਨੇ ਖੱਬੇ ਹੱਥ ਤੋਂ ਜਿਹੜਾ ਸਵਾਫਾ ਜਾ ਉਹ ਬਾਹਰ ਆਏ ਹੱਥ ਜਿਹਾ ਮਾਰੀ ਜਾਣਾ ਮਾਰੀ ਜਾਣਾ ਮਾਰੀ ਜਾਣਾ, ਮਤਲਬ ਉਹਦੀ ਡਿਊਟੀ ਇਹ ਹੁੰਦੀ ਆ। ਫਿਰ ਉਸਤਾਦ ਵਾਸਤੇ ਚਾਹ ਪਾਣੀ ਉਹਨੇ ਕਰਨਾ ਕਰਾਉਣਾ ਜੋ ਵੀ ਹੈ, ਅਤੇ ਉਹ ਉਹਦਾ ਕੰਮ ਕਲਿੰਡਰ ਦਾ ਹੁੰਦਾ ਸੀਗਾ। ਉਹ ਇੱਦਾਂ ਹੀ ਜਾ ਰਹੇ ਸੀਗੇ ਦਿੱਲੀ ਨੂੰ, ਅਤੇ ਉਹਦੇ ਰਸਤੇ ਦੇ ਵਿੱਚ ਟਰੱਕ ਆਇਆ ਅੱਗੇ, ਅਤੇ ਉਹ ਇੱਦਾਂ ਹੱਥ ਜਿਹਾ ਦੇਈ ਜਾਵੇ ਜਿਹੜਾ ਬਚੀ ਜਿਹਾ ਹੁੰਦਾ ਨਾਲ ਕਲਿੰਡਰ, ਉਹ ਹੱਥ ਜਿਹਾ ਦੇਈ ਜਾਵੇ ਅਤੇ ਉਹਨੂੰ ਮੋੜੀ ਉਹਨੇ ਹੈ ਨਾ ਗੱਡੀ, ਤੋਂ ਅੱਗੇ ਜਾ ਕੇ ਉਹਦੇ ਮੂਹਰੇ ਗੱਡੀ ਲਾ ਕੇ ਉਹਨੂੰ ਪੁੱਛਿਆ ਵੀ ਭਾਈ ਤੂੰ ਹੱਥ ਦੇਈ ਜਾਂਦੇ ਸੀ, ਗੱਡੀ ਮੋੜੀ ਨਹੀਂ ਹੈ, ਤੂੰ ਕੀ ਚੱਕਰ ਕੀ ਹੈ? ਕਹਿੰਦਾ ਜੀ ਨਹੀਂ 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 ਹੱਥ ਤਾਂ ਅਸੀਂ ਤਾਂ ਦੇ ਰਹੇ ਸੀ, ਅਸੀਂ ਤੁਹਾਨੂੰ ਇਹ ਕਹਿ ਰਹੇ ਸੀ ਵੀ ਤੁਸੀਂ ਇੱਧਰਲੇ ਪਾਸੇ ਰਹੋ, ਸਾਡਾ ਕੋਈ ਪਤਾ ਨਹੀਂ। ਫਿਰ ਗੱਲ ਕਰੀਏ ਟਰੱਕਾਂ ਪਿੱਛੇ ਲਿਖੇ ਨਾਰੇ ਸਾਡੇ, ਇਹ ਵੀ ਸੱਚੀ ਗੱਲ ਹੈ, ਟਰੱਕ ਦੇ ਪਿੱਛੇ ਨਾਰਾ ਲਿਖਿਆ ਹੋਇਆ ਸੀ, ਗੱਲਾਂ ਲਿਖੀਆਂ ਹੁੰਦੀਆਂ ਅਕਸਰ, ਅਤੇ ਇੱਕ ਟਰੱਕ ਦੇ ਪਿੱਛੇ ਲਿਖਿਆ ਸੀ ਹਾਏ ਨਹੀਂ ਇਹ ਤਾਂ ਉਹ ਸੀ। ਘਰ ਵਾਲੇ ਦੇ ਘਰ ਵਾਲੀ ਕਾਰ 'ਚ ਜਾ ਰਹੇ ਸੀ, ਅਤੇ ਜਿਵੇਂ ਆਪਾਂ ਨੂੰ ਆਦਤ ਹੁੰਦੀ ਬੰਦੇ ਨੂੰ ਜਾਂਦੇ ਜਾਂਦੇ ਬੋਰਡ ਪੜ੍ਹੀ ਜਾਣੇ ਜਾਂ ਥੋੜ੍ਹਾ ਬੋਲ ਕੇ ਉੱਚੀ ਜਾਂ ਜੋ ਵੀ ਆਵੇ ਸਾਹਮਣੇ ਪੜ੍ਹੀ ਜਾਣਾ, ਅਤੇ ਉਹ ਘਰ ਵਾਲੀ ਜਿਹੜੀ ਨਾਲ ਬੈਠੀ ਸੀ ਉਹਨੇ ਕਿਤੇ ਟਰੱਕ ਦੇ ਪਿੱਛੇ ਲਿਖ ਕੇ ਦੇਖਿਆ, ਉਹਨੇ ਨਾਲ ਪੜ੍ਹਤਾ ਹਾਏ ਨਹੀਂ ਇਹ ਤਾਂ ਉਹ ਸੀ। ਅਤੇ ਘਰ ਵਾਲਾ ਸ਼ਰਾਰਤੀ ਜਿਹਾ ਸੀ, ਉਹਨੇ ਕੀਤਾ ਗੱਡੀ ਤੇਜ਼ ਕਰਕੇ ਟਰੱਕ ਦੇ ਡਰਾਈਵਰ ਦੇ ਬਰਾਬਰ ਲਾ ਲਈ, ਕਹਿੰਦਾ ਦੇਖ ਲਾ ਉਹੀ ਆ ਕੋਈ ਹੋਰ ਤਾਂ ਨਹੀਂ। ਚਲੋ ਹਾਸੇ ਮਜ਼ਾਕ 'ਚ ਉਹਨਾਂ ਦੀ ਗੱਲ, ਹੋਰ ਬੜਾ ਕੁਛ ਲਿਖਿਆ, ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ ਕਈ ਟਰੱਕਾਂ ਦੇ ਉੱਪਰ ਤਾਂ। ਉਸ ਟਰੱਕ ਨੂੰ ਇਉਂ ਲੱਗਦਾ ਹੁੰਦਾ ਵੀ ਨਜ਼ਰ ਨੇ ਲੱਗ ਕੇ ਇਹਨੂੰ ਮਰਨਾ ਹੈ, ਜਿੱਥੇ ਲਿਖਿਆ ਉਹ ਟੀਚਕ ਟੀਚਕ ਚੱਲਦਾ ਮਸੀਂ ਹੁੰਦਾ, ਅਤੇ ਉੱਥੇ ਲਿਖਿਆ ਹੁੰਦਾ ਬੁਰੀ ਨਜ਼ਰ ਵਾਲੇ ਤੇਰਾ ਮੂੰਹ ਕਾਲਾ। ਇਹ ਅਕਸਰ ਛਿੱਤਰ ਵੀ ਲਮਕਾਏ ਹੁੰਦੇ ਟਰੱਕਾਂ ਪਿੱਛੇ। ਮਤਲਬ ਪੰਜਾਬ ਦੇ ਟਰੱਕਾਂ ਦਾ ਬਿਲਕੁਲ ਵੱਖਰੀ ਤਰ੍ਹਾਂ ਦਾ ਇੱਕ ਨਜ਼ਾਰਾ ਸਾਹਮਣੇ ਆਉਂਦਾ ਪੰਜਾਬ ਦੇ ਟਰੱਕ ਡਰਾਈਵਰਾਂ ਦਾ। ਉੱਥੇ ਮੁੰਡੇ ਨੂੰ ਰਿਸ਼ਤਾ ਨਹੀਂ ਹੁੰਦਾ ਜੇ ਟਰੱਕ ਡਰਾਈਵਰ ਹੋਵੇ, ਟਰੱਕ ਡਰਾਈਵਰ ਨਾ ਨਾ ਭਾਈ ਅਸੀਂ ਕੁੜੀ ਖੂਹ 'ਚ ਧੱਕਾ ਦੇ ਦਾਂਗੇ, ਟਰੱਕ ਡਰਾਈਵਰ ਨੂੰ ਨਹੀਂ ਵੀ ਆਉਣੀ। ਕਾਰਨ ਉਹਦਾ ਇਹ ਹੈ ਵੀ ਉੱਥੇ ਇਹ ਪਤਾ ਹੈ, ਉੱਥੇ ਤਾਂ ਕੋਈ ਹੈ ਨਹੀਂ ਲੌਗ ਬੁੱਕ, ਕੋਈ ਹੈ ਨਹੀਂ ਕਿ ਕੁਛ ਵੀ ਨਹੀਂ ਹੈਗਾ, ਲੌਗ ਬੁੱਕ ਭਰਨੀ ਕੀ ਕਰਨੀ ਕੀ ਨਹੀਂ ਕਰਨੀ, ਉੱਥੇ ਦੱਬੀ ਜਾਣਾ ਖਾ ਲਿਆ ਕੋਈ ਨਸ਼ਾ ਪੱਤਾ ਖਾ ਕੇ ਦੱਬੀ ਤੁਰੇ ਜਾਂਦੇ, ਦੱਬੀ ਤੁਰੇ ਜਾਂਦੇ। ਪਰ ਇੱਧਰਲੇ ਮੁਲਕਾਂ ਦੇ ਵਿੱਚ ਪਹਿਲਾਂ ਜੇ ਟਰੱਕਾਂ ਨੂੰ ਕੰਪੇਅਰ ਕਰੀਏ ਤਾਂ ਟਰੱਕਾਂ ਦਾ ਅਤੇ ਜ਼ਮੀਨ ਅਸਮਾਨ ਦਾ ਫਰਕ ਹੈ। ਟਰੱਕਾਂ ਦੀ ਪੂਰੀ ਇੰਸਪੈਕਸ਼ਨ ਸਕੇਲ ਦੇ ਉੱਪਰ ਜਾਣਾ ਪੈਂਦਾ, ਸਾਰਾ ਗੱਲਾਂ ਇੰਨੀਆਂ ਕੁ ਹੈਗੀਆਂ ਉੱਧਰਲੇ ਔਰ ਇੱਧਰਲੇ ਟਰੱਕਾਂ ਦੀਆਂ ਜਿਹਦਾ ਹਿਸਾਬ ਕੋਈ ਨਹੀਂ। ਇੱਧਰ ਬਕਾਇਦਾ ਟਰੱਕਾਂ ਦੇ ਵਿੱਚ ਮੈਂ ਦੇਖਿਆ ਬੰਦਾ ਬੈਠਦਾ ਤਾਂ ਸਭ ਤੋਂ ਪਹਿਲਾਂ ਸੀਟ ਬੈਲਟ ਲਾਉਂਦਾ। ਪੰਜਾਬ ਦੇ ਵਿੱਚ ਟਰੱਕ ਡਰਾਈਵਰਾਂ ਨੂੰ ਪਤਾ ਹੀ ਨਹੀਂ ਸੀ ਵੀ ਸੀਟ ਬੈਲਟ ਹੁੰਦੀ ਕੀ ਹੈ, ਕਾਹਦੇ ਵਾਸਤੇ ਹੁੰਦੀ ਹੈ। ਉੱਥੇ ਰੋਕਿਆ, ਕੋਈ ਪੜ੍ਹਿਆ ਲਿਖਿਆ ਪੁਲਿਸ ਵਾਲਾ ਆ ਗਿਆ, ਉਹਨੂੰ ਰੋਕਿਆ ਟਰੱਕ ਡਰਾਈਵਰ ਨੂੰ, ਤੂੰ ਬੈਲਟ ਨਹੀਂ ਲਾਈ? ਕਹਿੰਦਾ ਜੀ ਮੈਂ ਤਾਂ ਪਜਾਮਾ ਹੀ ਪਾਉਂਦਾ, ਮੈਂ ਪੈਂਟ ਪਾਈ ਹੀ ਨਹੀਂ ਕਦੇ, ਬੈਲਟ ਕਾਹਤੇ ਲਾਉਣੀ? ਇਹੋ ਜਿਹੇ ਹਾਲ ਉੱਧਰ ਸਾਡੇ ਮੁਲਕਾਂ ਦੇ ਵਿੱਚ ਹੈਗੇ ਨੇ। ਔਰ ਟਰੱਕ ਸੜਕ 'ਤੇ ਅਗਰ ਖਰਾਬ ਹੋ ਜਾਂਦਾ, ਅੱਧੀ ਸੜਕ 'ਤੇ ਟਰੱਕ ਖਰਾਬ ਹੋਇਆ ਹੁੰਦਾ, ਅੱਧੀ 'ਤੇ ਟਰੱਕ ਡਰਾਈਵਰ ਇੱਟਾਂ ਰੱਖ ਦਿੰਦੇ ਨੇ ਵੀ ਆਹ ਤਾਂ ਹੁਣ ਇੰਨੀ ਸੜਕ ਸਾਡੀ ਹੋ ਗਈ, ਤੁਸੀਂ ਜਿੱਥੋਂ ਮਰਜ਼ੀ ਲੰਘਣਾ ਲੰਘੋ, ਨਹੀਂ ਲੰਘਣਾ ਨਾ ਲੰਘੋ, ਸਾਨੂੰ ਕੋਈ ਫਰਕ ਨਹੀਂ। ਸੋ ਇੱਧਰਲੇ ਮੁਲਕਾਂ ਦੀ ਵੀ ਗੱਲ ਕਰੀਏ, ਸ਼ੁਗਲ ਮੇਲੇ ਇੱਧਰ ਵੀ ਬਹੁਤ ਹੁੰਦੇ ਆ। ਸ਼ੁਗਲ ਮੇਲੇ ਇੰਡੀਆ ਦੇ ਵਿੱਚ ਟਰੱਕ ਡਰਾਈਵਰਾਂ ਦੇ ਜ਼ਿਆਦਾ ਹੁੰਦੇ ਆ। ਉੱਥੇ ਜਿਹੜੇ ਹੈਗੇ ਨੇ ਕੋਈ ਲਿਖਾ ਕੇ, ਜਿੱਦਾਂ ਪਿੱਛੇ ਲਿਖਾਏ ਦੀ ਮੈਂ ਗੱਲ ਕੀਤੀ ਹੈ, ਅਤੇ ਕਿਸੇ ਟਰੱਕ ਡਰਾਈਵਰ ਪਿੱਛੇ ਲਿਖਿਆ ਸੀ ਪ੍ਰਣਾਮ ਸ਼ਹੀਦਾਂ ਨੂੰ। ਕੋਈ ਬੰਦਾ ਦੇਸ਼ ਭਗਤ ਸੀ, ਉਹਨੇ ਗੱਡੀ ਅੱਗੇ ਜਾ ਕੇ ਰੋਕ ਕੇ ਅਤੇ ਉਹਨੂੰ ਕਹਿੰਦਾ ਵੀ ਆ ਬਈ ਭਾਈ ਤੈਨੂੰ ਮੈਂ ਇਨਾਮ ਦੇਣਾ ਹੈ 100 ਰੁਪਈਆ। ਉਹ ਕਹਿੰਦਾ ਜੀ ਕਾਹਦਾ ਇਨਾਮ ਦੇਣਾ? ਉਹ ਕਹਿੰਦਾ ਵੀ ਤੂੰ ਦੇਸ਼ ਭਗਤਾਂ ਨੂੰ ਪ੍ਰਣਾਮ ਲਿਖਿਆ ਹੋਇਆ। ਇਹ ਵੈਸੇ ਵੈਸੇ ਤਕੀਆ ਕਲਾਮ ਸੀ, ਦੇਸ਼ ਭਗਤਾਂ ਨੂੰ ਪ੍ਰਣਾਮ ਲਿਖਿਆ, ਪ੍ਰਣਾਮ ਸ਼ਹੀਦ ਨੂੰ। ਕਹਿੰਦਾ ਜੀ ਕਿਹੜੇ ਦੇਸ਼ ਭਗਤ? ਕਹਿੰਦਾ ਵੀ ਤੂੰ ਜਾਣਦਾ ਨਹੀਂ ਭਗਤ ਸਿੰਘ ਜੀ, ਊਧਮ ਸਿੰਘ ਜੀ, ਲਾਲਾ ਲਾਜਪਤ ਰਾਏ, ਸਾਰੇ ਜਿਹੜੇ ਸਾਡੇ ਦੇਸ਼ ਭਗਤ ਕਰਤਾਰ ਸਿੰਘ ਸਰਾਭਾ ਹੈਗੇ ਆ। ਕਹਿੰਦਾ ਕੌਣ ਨੇ ਇਹ? ਕਹਿੰਦਾ ਜੀ ਸਾਡੇ ਦੇਸ਼ ਭਗਤ ਆ। ਕਹਿੰਦਾ ਮੈਨੂੰ ਮੈਂ ਨਹੀਂ ਜਾਣਦਾ। ਕਹਿੰਦਾ ਉਹ ਜੇ ਜਾਣਦਾ ਨਹੀਂ ਫਿਰ ਪ੍ਰਣਾਮ ਸ਼ਹੀਦਾਂ ਨੂੰ ਕਾਹਤੋਂ ਲਿਖਿਆ? ਕਹਿੰਦਾ ਨਹੀਂ ਨਹੀਂ ਜੀ ਇਹ ਤਾਂ ਮੈਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਲਿਖਿਆ ਜਿਹੜੇ ਮੇਰੇ ਟਰੱਕ ਥੱਲੇ ਆ ਕੇ ਮਰੇ ਆ। ਸੋ ਇਹ ਹਾਲ ਉੱਥੇ ਹੈਗਾ। ਟਰੱਕ ਡਰਾਈਵਰ ਜਦੋਂ ਕੋਈ ਗਿਆ ਲਾਇਸੈਂਸ ਬਣਾਉਣ ਉੱਥੇ ਵਾਸਤੇ, ਇੱਧਰ ਵਾਸਤੇ ਕਿੰਨੀਆਂ ਸਖਤੀਆਂ ਨੇ, ਕਿੰਨਾ ਕੁਛ ਹੁੰਦਾ। ਉੱਥੇ ਲਾਇਸੈਂਸ ਬਣਾਉਣ ਗਿਆ ਅਤੇ ਉਹ ਨਿਗਾਹ ਚੈੱਕ ਕਰਾਉਣ ਗਿਆ, ਨਿਗਾਹ ਘੱਟ ਸੀ ਡਾਕਟਰ ਕੋਲ, ਟਰੱਕ ਡਰਾਈਵਰ ਕੋਈ, ਅਤੇ ਉਹ ਡਾਕਟਰ ਕਹਿੰਦਾ ਵੀ ਆਹ ਲਾ ਕੇ ਦੇਖ ਤੈਨੂੰ ਚੈੱਕ ਕਰਦਾ ਐਨਕ ਵੀ ਐਨਕ ਕਿਹੜੀ ਲੱਗਦੀ ਹੈ। ਕਹਿੰਦਾ ਐਨਕ ਉਨਕ ਦੀ ਕੋਈ ਗੱਲ ਨਹੀਂ, ਬਸ ਸਾਨੂੰ ਨਾ ਸਾਈਕਲ ਵਾਲਾ, ਭੇਡ,
ਅਤੇ ਰੇਹੜੀ ਵਾਲਾ ਦੱਸਣ ਲਾ ਦਿਓ ਬਸ, ਇੰਨੀ ਕੁ ਨਿਗਾਹ ਤੇਜ਼ ਕਰ ਦਿਓ, ਬਾਕੀਆਂ ਦੇ ਤੁਸੀਂ ਪਰਵਾਹ ਨਹੀਂ ਸਮਝੋ, ਉਹਨਾਂ ਤੋਂ ਉੱਪਰ ਤੇ ਲੰਘ ਜਾਈਦਾ। ਇਹ ਤਾਂ ਹੋ ਗਈਆਂ ਉੱਧਰਲੇ ਮੁਲਕਾਂ ਦੀਆਂ ਗੱਲਾਂ, ਡਰਾਈਵਰਾਂ ਦੀਆਂ ਗੱਲਾਂ, ਡਰਾਈਵਰਾਂ ਦੇ ਨਾਅਰੇ ਜਿਹੜੇ ਹੋਰ ਵੀ ਬੜੇ ਕੁਛ ਹੁੰਦੇ ਆ, ਬੜਾ ਕੁਛ ਲਗਾਇਆ ਹੁੰਦਾ। ਅਸੀਂ ਕੈਸਟਾਂ ਦੇ ਵਿੱਚ ਵੀ ਬੜੀਆਂ ਟਰੱਕ ਡਰਾਈਵਰਾਂ ਦੀਆਂ ਗੱਲਾਂ ਕੀਤੀਆਂ, ਇਹਦੇ 'ਚ ਟੀਵੀ 'ਤੇ ਕਾਫੀ ਟਰੱਕ ਡਰਾਈਵਰਾਂ ਦੀਆਂ ਗੱਲਾਂ ਕੀਤੀਆਂ, ਪਰ ਅੱਜ ਜਿਹੜੀਆਂ ਗੱਲਾਂ ਟਰੱਕ ਡਰਾਈਵਰਾਂ ਦੀਆਂ ਇਸ ਕਰਕੇ ਕਰ ਰਿਹਾ ਕਿਉਂਕਿ ਸਾਡੇ ਮੈਕਸੀਮਮ ਜਿਹੜੇ ਹੈਗੇ ਨੇ ਘਰਾਂ ਦੇ ਕੋਈ ਨਾ ਕੋਈ ਕਿਸੇ ਨਾ ਕਿਸੇ ਸਿੱਧੇ ਜਾਂ ਅਸਿੱਧੇ ਤਰੀਕੇ ਦੇ ਨਾਲ ਟਰੱਕ ਇੰਡਸਟਰੀ ਦੇ ਨਾਲ ਜੁੜੇ ਹੋਏ ਆ। ਕਿਸੇ ਦਾ ਬੱਚਾ ਕੋਈ ਕਰਦਾ ਹੋਏਗਾ ਡਰਾਈਵਿੰਗ, ਕਿਸੇ ਦੇ ਆਪਣੇ ਟਰੱਕ ਹੋਣਗੇ, ਕਿਸੇ ਦੇ 2 ਟਰੱਕ ਹੋਣਗੇ, ਕਿਸੇ ਦੇ 700-800 ਟਰੱਕ ਹੋਣਗੇ। ਸੋ ਇਹਨਾਂ ਟਰੱਕਾਂ ਦਾ ਵੀ ਸ਼ੋਅ ਅਸੀਂ ਕਰਦੇ ਹਾਂ, ਉਹਦੇ ਵਾਸਤੇ ਵੀ ਤੁਸੀਂ ਅਗਰ ਪ੍ਰੋਗਰਾਮ ਕਰਾਉਣਾ, ਬਿਜ਼ਨਸ ਆਪਣੇ 'ਤੇ ਕੋਈ ਪ੍ਰਮੋਸ਼ਨ ਕਰਾਉਣੀ ਹੈ, ਤਾਂ ਉਹਦੇ ਵਾਸਤੇ ਵੀ ਮੈਨੂੰ ਤੁਸੀਂ ਫੋਨ, ਜਿਹੜਾ ਨੰਬਰ 2009450-3362, ਕਿਤੇ ਵੀ ਅਮੈਰੀਕਾ ਦੇ ਵਿੱਚ ਪ੍ਰੋਗਰਾਮ ਉਹ ਅਸੀਂ ਕਰਦੇ ਹਾਂ, ਅਤੇ ਉਹ ਬਹੁਤ ਵਧੀਆ ਪਸੰਦ ਕਰ ਰਹੇ ਹੋ ਤੁਸੀਂ ਸਾਰੇ ਲੋਕ ਉਹਨੂੰ, ਕਿਉਂਕਿ ਟਰੱਕਾਂ ਨਾਲ ਸੰਬੰਧਿਤ ਕੋਈ ਪ੍ਰੋਗਰਾਮ ਹੈ ਨਹੀਂ, ਇਸ ਕਰਕੇ ਤੁਸੀਂ ਵਧੀਆ ਪਸੰਦ ਕਰਦੇ ਹੋ। ਬਾਕੀ ਗੱਲਾਂ ਬਾਤਾਂ ਜਿਹੜੀਆਂ ਬ੍ਰੇਕ ਤੋਂ ਬਾਅਦ ਕਰਦੇ ਹਾਂ, ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ। ਗੱਲਬਾਤ ਜਿਹੜੀ ਆ ਜਿਵੇਂ ਟਰੱਕਾਂ 'ਤੇ ਚੱਲ ਰਹੀ ਆ, ਟਰੱਕ ਡਰਾਈਵਰਾਂ ਨਾਲ ਕੰਪੇਅਰ ਕਰ ਰਹੇ ਇੰਡੀਆ ਨੂੰ ਅਤੇ ਇੱਥੇ ਨੂੰ, ਨਾਲ ਦੀ ਨਾਲ ਟਰੱਕਾਂ ਨੂੰ ਕੰਪੇਅਰ ਕਰ ਰਹੇ ਹਾਂ ਇੰਡੀਆ ਦੀਆਂ। ਮੈਂ ਕੁਛ ਗੱਲਾਂ ਤੁਹਾਨੂੰ ਟਰੱਕਾਂ ਬਾਰੇ ਦੱਸੀਆਂ ਪਹਿਲਾਂ, ਟਰੱਕਾਂ ਬਾਰੇ ਫਨੀ ਗੱਲਾਂ ਜਿਹੜੀਆਂ ਉੱਥੇ ਬਣੀਆਂ ਹੋਈਆਂ, ਪਰ ਅਜੇ ਵੀ ਮੈਂ ਕਹਿੰਦਾ 1.5-2 ਘੰਟੇ ਦਾ ਖਜ਼ਾਨਾ ਇਕੱਲਾ ਇੰਡੀਆ ਦਾ ਪਿਆ ਟਰੱਕਾਂ ਦਾ, ਅਤੇ ਘੰਟੇ ਕਦਾ ਇੱਧਰਲੇ ਮੁਲਕਾਂ ਦਾ ਵੀ ਹੈਗਾ, ਜਿਹੜੇ ਇੱਧਰ ਟਰੱਕ ਡਰਾਈਵਰ ਨਾਲ ਫਨੀ ਚੀਜ਼ਾਂ ਹੁੰਦੀਆਂ ਨੇ ਬੜੀਆਂ, ਮੈਂ ਸੁਣਾਊਂਗਾ ਬਾਅਦ ਦੇ ਵਿੱਚ। ਪਰ ਫਿਲਹਾਲ ਦਵਿੰਦਰ ਹੋਠੀ ਫੋਨ ਲਾਈਨ 'ਤੇ ਆਪਣੇ ਨਾਲ ਹੈਗੇ ਨੇ, ਇਹ ਇਹਨਾਂ ਨੂੰ ਗੱਲਬਾਤ ਕਰਦੇ ਆ। ਹੋਠੀ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਥੈਂਕ ਯੂ ਭਾਜੀ, ਸਤਿ ਸ਼੍ਰੀ ਅਕਾਲ। ਤੇ ਅੱਜ ਕਿੱਦਾਂ ਸਾਡਾ ਮਹਿਕਮਾ ਕਿੱਦਾਂ ਸੀ ਲੈ ਲਿਆ ਅੱਜ? ਮੈਂ ਕਿਹਾ ਵੀ ਟਰੱਕਾਂ ਵਾਲਿਆਂ ਦੀਆਂ ਇੰਨੀਆਂ ਗੱਲਾਂ ਨੇ ਪੰਜਾਬ ਦੇ ਵਿੱਚ, ਤਾਂ ਟਰੱਕਾਂ ਦੇ ਉੱਪਰ ਲਿਖੇ ਨਾਰੇ ਹੀ ਨਹੀਂ ਮਾਣ ਹੁੰਦੇ, ਜਿਹੜੇ ਸਲੋਗਨ ਜਿਹੇ ਲਿਖੇ ਹੁੰਦੇ ਆ, ਇੱਧਰ ਵੀ ਸਾਡੇ ਪੰਜਾਬੀਆਂ ਨੇ ਕਿਸੇ ਕਿਸੇ 'ਤੇ ਲਿਖਿਆ ਹੋਇਆ ਬਹੁਤ, ਮੈਂ ਦੇਖੇ ਟਰੱਕਾਂ ਨੇ, ਔਰ ਪੰਜਾਬੀਆਂ ਦਾ ਟਰੱਕ ਦੂਰੋਂ ਹੀ ਪਛਾਣਿਆ ਜਾਂਦਾ ਖੰਡੇ ਦਾ। ਅਤੇ ਅੱਛਾ, ਆਪਾਂ ਜਿਹੜੀ ਪਹਿਲਾਂ ਗੱਲ ਕਰਦੇ ਹਾਂ ਵੀ ਟਰੱਕਾਂ ਨਾਲ ਇੱਧਰ ਜਿਹੜੀਆਂ ਜੁੜੀਆਂ ਹੋਈਆਂ ਗੱਲਾਂ ਬਾਤਾਂ ਹੈਗੀਆਂ ਉਹ ਕੀ ਨੇ? ਦੇਖੋ ਭਾਜੀ, ਡਰਾਈਵਰ ਤੇ ਸਾਰੀ ਦੁਨੀਆ 'ਚ ਇੱਕੋ ਜਿਹਾ ਹੀ ਆ, ਹਨਾ? ਨਹੀਂ, ਸਾਰੇ ਡਰਾਈਵਰ? ਨਾ ਨਾ ਨਾ, ਪਹਿਲਾ ਸਵਾਲ ਹੀ ਉਲਟ ਗੜਬੜ ਹੋ ਗਿਆ। ਸਾਰੀ ਦੁਨੀਆ 'ਚ ਇੱਕੋ ਜਿਹਾ ਆ, ਤਾਂ ਆਪਾਂ ਤੇ ਉੱਥੇ ਤਾਂ ਕਹਿੰਦੇ ਵੀ ਜੇ ਜਾਂ ਤਾਂ ਜਰਦਾ ਮਲਦਾ ਡਰਾਈਵਰ ਚੜ੍ਹਦਾ ਸੀਟ 'ਤੇ ਬੈਠਦਾ, ਅਤੇ ਜਾਂ ਫਿਰ ਮਾੜੇ ਮੋਟੇ ਗੋਲੀ ਗੋਲੀ ਖਾ ਕੇ ਬੈਠਦਾ, ਅਤੇ ਇੱਧਰ ਤਾਂ ਨਹੀਂ ਇਹੋ ਜਿਹਾ ਮਾਹੌਲ ਹੈਗਾ, ਸਭ ਤੋਂ ਪਹਿਲਾ ਸਵਾਲ ਜਿਹੜਾ। ਅੱਛਾ, ਤੁਹਾਡਾ ਇਹ ਕੁਐਸਚਨ ਸੀ। ਅੱਛਾ ਭਾਜੀ, ਚਲੋ ਹਾਸਾ ਮਜ਼ਾਕ ਤਾਂ ਆਪਾਂ ਕਰਨਾ, ਪਰ ਇਸ ਤੋਂ ਪਹਿਲਾਂ ਮੈਂ ਇੱਕ ਸੀਰੀਅਸ ਗੱਲ ਕਰਦੇ ਹਾਂ। ਦੇਖੋ, ਇਹ ਇਕੱਲੇ ਟਰੱਕ ਡਰਾਈਵਰ ਹੀ ਕਿਉਂ, ਹਨਾ? ਤੇ ਜਿਹੜੀ ਜਿੱਦਾਂ ਮੈਂ ਹੁਣ ਖੁਦ ਟਰੱਕ ਡਰਾਈਵਰ ਹਾਂ, ਤੇ ਮੈਂ ਫੋਨ ਕਰਨ ਤੋਂ ਪਹਿਲਾਂ ਹਲੇ ਹੁਣੇ ਫੂਕ ਮਾਰ ਕੇ ਆਇਆ, ਮੈਨੂੰ ਚਿੱਠੀ ਆਈ ਸੀਗੀ ਦੂਜੀ ਭਾਈ ਕਰਾ ਕੇ ਆਪਣਾ ਅਲਕੋਹਲ ਟੈਸਟ। ਅੱਛਾ, ਹਾਂ ਹੁੰਦਾ। ਹਾਂ ਹਾਂਜੀ, ਇਹ ਮਤਲਬ ਕਿ ਹਰ ਇੱਕ ਡਰਾਈਵਰ ਨੂੰ ਇੱਥੇ, ਮੈਂ ਉਹਦਾ ਗੱਲ ਦੱਸਦਾ, ਸੱਚਾਈ ਆ ਸਾਡੀ ਇਹ ਡਰਾਈਵਰਾਂ ਦੀ, ਤੇ ਉਹਦੇ ਮਤਲਬ ਜਿੱਦਾਂ ਬਦਨਾਮ ਇੰਡੀਆ ਵਿੱਚ ਇਹੋ ਜਿਹੇ ਕੰਮ ਚੱਲ ਜਾਂਦੇ ਸੀ ਜਾਂ ਚੱਲਦੇ ਹੋਣਗੇ ਪਤਾ ਨੀ। ਇੱਥੇ ਕੀ ਹੈ, ਹਕੀਕਤ ਵਿੱਚ ਇਹ ਆ ਭਾਜੀ, ਕਿ ਮਹੀਨਾ ਕੁ ਪਹਿਲਾਂ ਉਹਨਾਂ ਨੇ ਚਿੱਠੀ ਪਾ ਦਿੱਤੀ ਵੀ ਜਾ ਕੇ ਡਰੱਗ ਟੈਸਟ ਕਰਾਇਆ, ਹਨਾ? ਤੇ ਡਰੱਗ ਨੀ ਕਰਦਾ, ਤੇ ਹੁਣ ਪਾਰਟੀ ਉਹਨਾਂ ਨੇ ਕੱਲ ਪਾਰਟੀ, ਅੱਜ ਚਿੱਠੀ ਮੈਨੂੰ ਮਿਲੀ ਸਵੇਰੇ ਵੀ ਜਾ ਕੇ ਫੂਕ ਮਾਰਿਆ, ਮੈਂ ਕੰਮ ਤੋਂ ਆਇਆ, ਮੈਂ ਕਿਹਾ ਚਲੋ ਹੁਣੇ ਫੂਕ ਮਾਰ ਕੇ ਆਇਆ, ਹਨਾ? ਅੱਛਾ, ਸਾਰੇ ਕੰਮ ਕਰਦੇ ਆ। ਮੈਂ ਜਦੋਂ ਸ਼ੁਰੂ ਸ਼ੁਰੂ ਚ ਆਇਆ, ਪਹਿਲਾਂ ਮੈਂ ਕਿਸੇ ਲੀਕਰ ਸਟੋਰ ਤੇ ਕੰਮ ਕੀਤਾ, ਕਿਸੇ 7-11 ਤੇ ਕੀਤਾ, ਟੈਕਸੀ ਵੀ ਚਲਾਈ, ਟਰੱਕ ਵੀ ਚਲਾਇਆ, ਹੁਣ ਵੀ ਚਲਾਈ ਜਾਂਦਾ, ਹਰ ਥਾਂ ਰੇਡੀਓ ਵੀ ਕੀਤਾ, ਅਖਬਾਰਾਂ ਵੀ ਕੀਤੀਆਂ, ਮੀਡੀਆ 'ਚ ਵੀ ਕੀਤਾ, ਤੁਹਾਡੇ ਨਾਲ ਫਿਲਮਾਂ ਵੀ ਕੀਤੀਆਂ, ਸਭ ਕੁਛ ਕੀਤਾ। ਆਪਾਂ ਦੇਖਿਆ ਕਿ ਹਰ ਥਾਂ ਦੇ ਉੱਤੇ ਹਰ ਤਰ੍ਹਾਂ ਦੇ ਬੰਦੇ ਹੁੰਦੇ ਆ। ਇੱਕ ਸਿਰਫ ਡਰਾਈਵਰਾਂ ਦੇ ਉੱਪਰ ਜਿਹੜਾ ਇੱਕ ਰੈਪੂਟੇਸ਼ਨ ਜੀ ਖਰਾਬ ਹੋਈ ਆ, ਹਾਸਾ ਮਜ਼ਾਕ ਤਾਂ ਆਪਾਂ ਕਰਾਂਗੇ ਡੈਫੀਨੇਟਲੀ, ਪਰ ਸੱਚਾਈ ਇਹ ਆ ਇਹੋ ਜਿਹੇ ਬੰਦੇ ਹਰ ਥਾਂ ਤੇ ਮਿਲ ਜਾਂਦੇ ਆ, ਹਰ ਫੀਲਡ ਵਿੱਚ ਮਿਲ ਜਾਂਦੇ ਆ। ਅਗਲੀ ਗੱਲਬਾਤ ਇਹ ਹੈ ਵੀ ਜਿੱਦਾਂ ਪੰਜਾਬ ਦੇ ਵਿੱਚ ਕੋਈ ਕਹਿੰਦੇ ਮੁੰਡਾ ਦੇ ਮੁੰਡੇ ਨੂੰ ਦੇਖਣ ਆਏ ਕੁੜੀ ਵਾਲੇ, ਤੇ ਜਦੋਂ ਬੰਦਾ ਦੱਸਦਾ ਵੀ ਇਹ ਮੁੰਡਾ ਡਰਾਈਵਰ ਹੈ ਟਰੱਕ ਦਾ, ਤੇ ਉਦੋਂ ਹੀ ਭੱਜ ਜਾਂਦੇ ਆ, ਕੰਨਾਂ ਨੂੰ ਹੱਥ ਲਾ ਲੈਂਦੇ, ਨਾ ਨਾ ਕੁੜੀ ਨੂੰ ਖੂਹ ਧੱਕਾ ਦੇ ਦਿਆਂਗੇ, ਟਰੱਕ ਵਾਲੇ ਨੂੰ ਦੇਣੀ। ਇੱਧਰ ਜਦੋਂ ਪਤਾ ਲੱਗਦਾ ਵੀ ਟਰੱਕ ਡਰਾਈਵਰ ਆ ਮੁੰਡਾ, ਤੇ ਖੁਸ਼ ਹੋ ਜਾਂਦੇ ਨੇ ਵੀ ਬਈ ਸਭ ਤੋਂ ਵੱਧ ਕਮਾਈ ਕਰਨ ਵਾਲਾ ਮਹਿਕਮਾ ਇਹ ਆ। ਇਹ ਚੀਜ਼ ਦਾ ਫਰਕ ਜਿਹੜਾ ਉਹਦੀ ਗੱਲ ਕਰਦੇ ਆ। ਹਾਂਜੀ ਹਾਂਜੀ, ਨਹੀਂ ਇਹ ਚੀਜ਼ ਦਾ ਫਰਕ ਏਦਾਂ, ਮੈਂ ਹੁਣੇ ਹੁਣੇ ਇਹ ਕਿਤੇ ਪੜ੍ਹਦਾ ਸੀ ਚੁਟਕਲਾ, ਕਹਿੰਦੇ ਵੀ ਉਹ ਟਰੱਕਾਂ ਦੇ ਵਿੱਚ ਤੁਸੀਂ ਆਮ ਲਿਖਿਆ, ਹੁਣ ਵੱਡੀ ਕੰਪਨੀਆਂ ਦੇ ਟਰੱਕ ਹੈ ਨਾ,
ਉਹਨਾਂ ਨੇ ਜਿਹੜੇ ਡਰਾਈਵਰ ਹਾਇਰ ਕੀਤੇ ਹੁੰਦੇ ਆ ਉਹਨਾਂ ਪਿੱਛੇ ਲਿਖਿਆ ਹੁੰਦਾ ਹਾਊ ਆਈ ਐਮ ਡਰਾਈਵਿੰਗ, ਹਾਊ ਇਜ਼ ਮਾਈ ਡਰਾਈਵਿੰਗ, ਜਾਂ ਹਾਊ ਇਜ਼ ਮਾਈ ਡਰਾਈਵਿੰਗ ਜਾਂ ਹਾਊ ਆਈ ਐਮ ਡਰਾਈਵਿੰਗ, ਹੈ ਨਾ? ਉਹ ਬੁੜੀ ਵਿਚਾਰੀ ਨੇ ਲਿਖਿਆ, ਕਹਿੰਦੀ ਮੈਂ ਸਵੇਰ ਨੂੰ ਕੰਮ ਤੇ ਜਾਣ ਡੇ ਸੀ, ਕਹਿੰਦੀ ਇੱਕ ਟਰੱਕ ਡਰਾਈਵਰ ਆਇਆ ਇੱਧਰੋਂ ਉੱਧਰੋਂ ਕਰਦਾ ਗਾਵਾ, ਕਹਿੰਦੀ 15-20 ਕਾਰਾਂ ਕੱਟ ਕੇ ਅੱਧਾ ਕੱਚਿਆਂ ਦਾ ਪੱਖੇ ਮੂਹਰੇ ਆ ਗਿਆ, ਜਦੋਂ ਕਹਿੰਦੀ ਮੇਰੇ ਕਾਰ ਦੇ ਮੂਹਰੇ ਆ ਗਿਆ ਉਹਦੇ ਪਿੱਛੇ ਲਿਖਿਆ ਵੀ ਹਾਊ ਆਈ ਐਮ ਡਰਾਈਵਿੰਗ, ਕਹਿੰਦੀ ਮੈਂ ਕਿਹਾ ਓ ਗੋਡ ਆਈ ਡੋਨਟ ਨੋ ਈਦਰ, ਮੈਨੂੰ ਆਪ ਨੀ ਪਤਾ ਕਹਿੰਦੀ ਕਿੱਦਾਂ। ਨਹੀਂ ਉਹਨੂੰ ਮੈਸੇਜ ਨਾਲ ਫੋਨ ਨੰਬਰ ਦਿੱਤਾ ਹੁੰਦਾ, ਫਿਰ ਤਾਂ ਮੇਰੇ ਖਿਆਲ ਵੀ ਲੋਕੀ ਸਿੱਧੀਆਂ ਮੈਸੇਜ ਕਰਕੇ ਗਾਲਾਂ ਟਾਈਪ ਵੀ ਕੱਢਦੇ ਆ। ਚੇਤੇ ਨਾ ਇੱਕ ਪੁਰਾਣਾ ਚੁਟਕਲਾ, ਉਹ ਕਹਿੰਦੇ ਵੀ ਉਹ ਬੰਦਾ ਸਾਈਕਲ ਤੇ ਜਾ ਰਿਹਾ ਸੀ ਤੇ ਮੂਹਰੇ ਕੋਈ ਬੰਦਾ ਤੁਰਿਆ ਜਾਵੇ ਉਹਨੂੰ ਜਾ ਕੇ ਸਾਈਕਲ ਮਾਰਿਆ, ਬੰਦਾ ਡਿੱਗ ਪਿਆ ਚੱਕਰ ਚ, ਉਹਦੇ ਕੱਪੜੇ ਕੁਪੜੇ ਲਿਬੜ ਗਿਆ, ਜਦੋਂ ਉੱਠਿਆ ਉੱਠ ਕੇ ਉਹਨੂੰ ਸਾਈਕਲ ਵਾਲੇ ਵੱਲ ਦੇਖਿਆ ਤੇ ਸਾਈਕਲ ਵਾਲਾ ਉਹਨੂੰ ਕਹਿੰਦਾ ਤੂੰ ਬੜੀ ਕਿਸਮਤ ਵਾਲਾ ਬੰਦਾ, ਉਹ ਤੂੰ ਬਹੁਤ ਹੀ ਕਿਸਮਤ ਵਾਲਾ ਬੰਦਾ, ਤੇ ਉਹ ਚੱਕਰ ਚੋਂ ਲਿਬੜਿਆ ਉੱਠ ਕੇ ਕਹਿੰਦਾ ਕਹਿੰਦਾ ਇੱਕ ਤੂੰ ਮੇਰੇ ਚ ਸਾਈਕਲ ਮਾਰਤਾ ਮੇਰੇ ਫੱਟ ਲਾ ਤੀ, ਇੱਕ ਮੈਨੂੰ ਚੱਕਰ ਚ ਫਿੱਟ ਕੇ ਲਵੇੜਤਾ ਪਤੰਦਰਾ, ਉੱਤੋਂ ਕੋਈ ਜਾਣਾ ਕਿਸਮਤ ਵਾਲਾ, ਇਹ ਚ ਕਿਹੜੀ ਕਿਸਮਤ ਵਾਲੀ ਗੱਲ ਆ। ਉਹ ਕਹਿੰਦਾ ਮੈਂ ਟਰੱਕ ਡਰਾਈਵਰ ਆ, ਅੱਜ ਮੇਰੀ ਛੁੱਟੀ ਸੀ ਮੈਂ ਸਾਈਕਲ ਤੇ ਆਇਆ। ਸਾਈਕਲ ਤੇ ਆ, ਜੇ ਟਰੱਕ ਹੁੰਦਾ ਫੇਰ ਪਤਾ ਨਹੀਂ ਕੀ ਕਰਦਾ, ਫੇਰ ਦੇਖ ਲਓ ਕੀ ਬਣਦਾ। ਅੱਛਾ ਚਲੋ, ਅਸੀਂ ਮਜ਼ਾਕ ਨਾਲ ਮਜ਼ਾਕ ਰਿਹਾ, ਵੈਸੇ ਅਦਰਵਾਈਜ਼ ਜਿਹੜੀ ਹੈ ਟਰੱਕਾਂ ਵਾਲੀ ਦੀ ਲਾਈਫ ਜਿਹੜੀ ਕਿੱਦਾਂ ਦੀ ਹੈ, ਟਰੱਕ ਡਰਾਈਵਰਾਂ ਦੀ ਲਾਈਫ ਜਿਹੜੀ ਹੈ ਉਹ ਕਿੰਨੀ ਕੁ ਹਾਰਡ ਹੈਗੀ ਹੈ? ਦੇਖੋ ਭਾਈ, ਕੰਮ ਤੇ ਕੋਈ ਵੀ ਸੌਖਾ ਨਹੀਂ ਜਦੋਂ ਤੁਸੀਂ ਜ਼ਿੰਮੇਵਾਰੀ ਨਾਲ ਕੰਮ ਕਰਦੇ ਨਾ, ਤੇ ਕੋਈ ਵੀ ਕੰਮ ਸੌਖਾ ਨਹੀਂ। ਹੁਣ ਜਦੋਂ ਤੁਸੀਂ ਇੱਥੇ ਬੋਲਦੇ ਕਿੰਨੇ, ਹਮੇਸ਼ਾ ਇਹ ਰਹਿੰਦਾ ਤੁਸੀਂ ਗਲਤ ਨਾ ਨਿਕਲ ਜਾਏ ਮੂੰਹੋਂ, ਜਿਹੜੀ ਟਰੱਕ ਡਰਾਈਵਰਾਂ ਦੀ ਲਾਈਫ ਆ ਨਾ ਭਾਜੀ, ਉਹ ਵੀ ਮਤਲਬ ਏਦਾਂ ਹੀ ਤੁਸੀਂ ਬਹੁਤ ਵੱਡੀ ਗੱਡੀ ਲੈ ਕੇ ਬਹੁਤ ਜ਼ਿਆਦਾ ਭਾਰ ਲੈ ਕੇ ਤੁਸੀਂ ਸੜਕ ਦੇ ਉੱਪਰ ਫਿਰਦੇ ਆ, ਪਰ ਸਭ ਤੋਂ ਵੱਧ ਫਿਰਦੇ ਤੁਸੀਂ, ਹੈ ਨਾ? ਸਭ ਤੋਂ ਲੰਬਾ ਸਫ਼ਰ ਤੇ ਨਹੀਂ, ਜਿਹੜੇ ਲੰਬੇ ਜਿਹੜੇ ਲੌਂਗ ਤੇ ਮੁੰਡੇ ਚੱਲਦੇ ਉਹ ਤਾਂ ਅਲੱਗ ਅਲੱਗ ਵਿਸ਼ਾ, ਤੇ ਜਿਹੜੇ ਲੋਕਲ ਵੀ ਕਰਦੇ, ਅਸੀਂ ਲੋਕਲ ਚਲਾਉਂਦੇ ਆ ਤੇ ਅਸੀਂ ਵੀ ਉਹਨਾਂ ਕੁ ਮਤਲਬ ਰੋਜ਼ ਦਾ 300-400 ਮੀਲ ਇਹਨੇ ਤੇ ਚਲਾਉਣਾ ਹੁੰਦਾ ਰੋਜ਼ ਦਾ, ਉਹ ਵੀ ਬਹੁਤ ਲੰਬਾ ਸਫ਼ਰ ਬਣ ਜਾਂਦਾ ਜੇ ਦੇਖਿਆ ਜਾਵੇ, ਮਨ ਲੱਗੇ ਲੱਗੇ ਘੁੰਮੀ ਜਾਓ। ਤੇ ਗੱਲ ਇਹ ਆ ਵੀ ਬਸ ਬਾਬੇ ਦਾ ਨਾਂ ਲੈ ਕੇ ਤੁਰੀ ਦਾ, ਤੇ ਬਾਬੇ ਦਾ ਨਾਂ ਲੈ ਕੇ ਆ ਕੇ ਸੀਟ ਤੋਂ ਉੱਠੀ ਦਾ ਆ। ਤੇ ਸੌਖਾ ਨੀ ਆ ਕੰਮ, ਟਫ ਆ, ਪਰ ਕੰਮ ਸਾਰੇ ਔਖੇ ਆ, ਕੰਮ ਜਦੋਂ ਤੁਸੀਂ ਮਿਹਨਤ ਨਾਲ ਕਰਦੇ ਹੋ, ਸੱਚੇ ਦਿਲੋਂ ਕਰਦੇ, ਕੰਮ ਸਾਰੇ ਹੀ ਔਖੇ ਆ। ਅੱਛਾ, ਜਿਹੜੀਆਂ ਪਹਿਲਾਂ ਲੌਗ ਬੁੱਕਾਂ ਹੁੰਦੀਆਂ ਸੀ ਪਹਿਲਾਂ, ਹੁਣ ਤਾਂ ਕਹਿੰਦੇ ELDਆਂ ਆ ਗਈਆਂ, ਹੁਣ ਇਲੈਕਟ੍ਰੋਨਿਕ ਆ ਗਿਆ ਸਾਰਾ ਕੁਛ, ਹੁਣ ਹੇਰਾ ਫੇਰੀ ਨਹੀਂ ਹੋ ਸਕਦੀ, ਹੁਣ ਉਨੇ ਟਾਈਮ 'ਤੇ ਹੀ ਆਪਾਂ ਨੂੰ ਸਾਰਾ ਕੁਛ ਕਰਨਾ ਪੈਂਦਾ। ਹੁਣ ਮੇਰੇ ਖਿਆਲ ਦਸੰਬਰ ਤੋਂ ਸ਼ੁਰੂ ਹੋਣੀ ਆ 15 ਤੋਂ ਭਾਜੀ, ਲੌਗ ਬੁੱਕਾਂ ਜਿਹੜੀਆਂ ਮੇਰੇ ਖਿਆਲ ਪਿਛਲੇ ਸਾਲ ਤੋਂ ਸ਼ੁਰੂ ਹੋ ਚੁੱਕੀਆਂ ਆ, ELD ਜਿਹੜੀ ਹੁਣ ਕੰਪਲਸਰੀ ਕੀਤੀ ਆ। ਹਾਂਜੀ, ELD ਦੀ ਗੱਲ ਕਰਦਾ, ਮੈਨੂੰ ਇਹਦੇ ਬਾਰੇ ਜ਼ਿਆਦਾ ਨੌਲੇਜ, ਅਸੀਂ ਲੋਕਲ ਕਰਦੇ ਹਾਂ ਤੇ ਸਾਡਾ ਇਹਦੇ ਨਾਲ ਬਹੁਤਾ ਜ਼ਿਆਦਾ ਵਾਹ ਨਹੀਂ ਹੈ, ਪਰ ਆਲਰੇਡੀ ਮੈਨੂੰ ਪਤਾ ਕਿ ਲੱਗ ਚੁੱਕਿਆ ਆ, ਤਕਰੀਬਨ ਸਾਲ ਹੋ ਚੁੱਕਾ। ਉਹਦੇ 'ਚ ਪਤਾ ਕੀ ਹੈ, ਉਹਦੇ 'ਚ ਪਤਾ ਕੀ, ਸਾਡਾ ਹੁਣ ਸਾਰਾ ਵਾਹ ਪੈਂਦਾ, ਸਾਡਾ ਪ੍ਰੋਗਰਾਮ ਵੀ ਚੱਲਦਾ ਟਰੱਕ ਸ਼ੋ ਮਾਈਲਜ਼ ਐਂਡ ਸਟਾਈਲ, ਅਤੇ ਸਾਰਿਆਂ ਨਾਲ ਵਾਹ ਪੈਂਦਾ, ਹਰ ਤਰ੍ਹਾਂ ਦੇ ਬੰਦੇ ਨਾਲ, ਇੰਸ਼ੋਰੈਂਸ ਵਾਲਿਆਂ ਨਾਲ ਵੀ, ਉਹਦੇ ਵਾਲੇ ਵੀ, ਡਰਾਈਵਰਾਂ ਦੇ ਨਾਲ ਵੀ। ਤਾਂ ਉਹ ELD ਤੋਂ ਵੈਸੇ ਤਾਂ ਹੈਗੀ ਉਹ ਸਹੂਲਤਾਂ ਵਾਸਤੇ, ਅਤੇ ਪਰ ਉਹ ਡਰਦੇ ਲੋਕ, ਪਹਿਲਾਂ ਇਹ ਸੀਗਾ ਵੀ ਦੋ ਲੌਗ ਬੁੱਕਾਂ ਰੱਖੀਆਂ ਹੁੰਦੀਆਂ ਸੀ। ਇੱਕ ਮੈਂ ਤੁਹਾਨੂੰ ਜੋਕ ਸੁਣਾਉਣਾ, ਕੋਈ ਪੰਜਾਬੀ ਸੀ ਟਰੱਕ ਡਰਾਈਵਰ, ਪੁਲਿਸ ਵਾਲੇ ਨੇ ਰੋਕਿਆ ਅੱਗੇ, ਹੈ ਨਾ, ਇੱਥੇ, ਅਤੇ ਉਹਨੇ ਕਿਹਾ ਵੀ ਕਹਿਣਾ ਇਹ ਆਈ ਹੈਵ ਯੂਅਰ ਲੌਗ ਬੁੱਕ ਪਲੀਜ਼, ਅਤੇ ਉਹ ਪੰਜਾਬੀ ਨੇ ਕਿਹਾ ਵੀ ਕਿਹੜਾ ਪਤਾ ਲੱਗਣਾ, ਉਹ ਕਹਿੰਦਾ ਮੂੰਹ 'ਚ ਫਸਫਸਾਇਆ ਜਾ, ਕਹਿੰਦਾ ਮਾਮਾ ਕਿਹੜੀ ਲਿਆਵਾਂ ਅਸਲੀ ਕਿ ਨਕਲੀ, ਉਹ ਅੱਗੇ ਪੁਲਿਸ ਵਾਲਾ ਕਹਿੰਦਾ ਭਾਅ ਜੀ ਦੋਨੇ ਲੈ ਆਓ। ਪੰਜਾਬੀ ਸੀ, ਮੁੜ ਕੇ ਮਿਹਨਤ ਕਰਦਾ ਫਿਰ ਵੀ ਮੈਨੂੰ, ਮੈਂ ਭਾਜੀ ਤੁਹਾਡਾ ਕੜਾ ਨਹੀਂ ਦੇਖਿਆ, ਮੈਂ ਸੋਰੀ 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 ਸੋਰੀ, ਉਹ ਕਹਿੰਦਾ ਵੀ ਦੱਸ ਤੁਸੀਂ, ਕਹਿੰਦਾ ਮਾਮਾ ਕਿਹੜੀ ਲਿਆਵਾਂ ਅਸਲੀ ਕਿ ਨਕਲੀ ਦੱਸੋ, ਉਹ ਕਹਿੰਦਾ ਦੋਨੋਂ ਲੈ ਆਓ ਭਾਜੀ, ਕੋਈ ਨਹੀਂ ਦੇਖ ਲੈਂਦੇ ਜਿਹੜੀ ਦੇਖਣੀ ਹੋਈ। ਅੱਛਾ, ਇਹ ਚੀਜ਼ ਬੜੀ ਸੀ ਨਾ, ਇਹ ਚੀਜ਼ ਬਹੁਤ ਸੀਗੀ ਕਿ ਲੌਗ ਬੁੱਕ ਜਿਹੜੀ ਹੈ ਉਹ ਉਹਤੇ ਕੁਛ ਹੋਰ ਹੁੰਦਾ ਸੀਗਾ, ਫਿਰ ਉਹ ਕੰਮ ਕਰੀ ਜਾਣਾ 18-18 ਘੰਟੇ ਡਰਾਈਵ ਕਰੀ ਜਾਣੀ, ਉਸ ਸਮੇਂ ਪੈਸਾ ਲੋਕਾਂ ਨੇ ਬਹੁਤ ਕਮਾਇਆ, ਲੇਕਿਨ ਸਿਹਤ ਜ਼ਰੂਰ ਖਰਾਬ ਕਰ ਲਈ ਹੋਊ। ਜੀ, ਇਹ ਆ ਵੀ ਉਹ ਧੱਕਾ ਕੀਤਾ ਸਰੀਰ ਦੇ ਨਾਲ, ਉਹ ਹੁੰਦਾ ਤੇ ਆਫਟਰ ਆਲ ਜਿਹੜਾ ਲਾ ਬਣਦਾ ਤੁਹਾਡੇ ਫਾਇਦੇ ਵਾਸਤੇ ਹੀ ਆ, ਪਰ ਕਈ ਵਾਰੀ ਲੇਟਰ ਆਨ ਪੂਰ ਪਹੁੰਚ ਪੈ ਜਾਂਦੀ ਹੈ। ਜਿੱਦਾਂ ਤੁਸੀਂ ਗੱਲ ਕੀਤੀ ਨਾ ਹੁਣੇ ਆ ਤੇ ਮਾਮਾ ਕਿਹੜੀ ਲਿਆਵਾਂ, ਹੈਨਾ, ਉਹ ਮਾਮੇ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ, ਸੱਚੀ ਗੱਲ ਹੈ, ਚੁਟਕਲਾ ਨਹੀਂ ਹੈ, ਪਰ ਹੁਣ ਸੁਣ ਕੇ ਚੁਟਕਲਾ ਲੱਗਣਾ। ਸਾਡੇ ਨਾਲ ਮੁੰਡਾ ਕੰਮ ਕਰਦਾ, ਮੈਂ ਨਾਂ ਵੀ ਲੱਗ ਜਾਂਦਾ, ਮੇਰਾ ਚੰਗਾ ਮਿੱਤਰ ਹੈ ਜੱਗਾ, ਉਹ ਇੰਡੀਆ ਵਿੱਚ ਆਪ ਵੀ ਪੰਜਾਬ ਪੁਲਿਸ ਦੇ ਵਿੱਚ ਹੁੰਦਾ ਸੀ ਤੇ ਹੁਣ ਕਾਫੀ ਚਿਰ ਤੋਂ ਅਮਰੀਕਾ ਜਿਹਾ ਟਰੱਕ ਚਲਾ ਰਿਹਾ ਬੜੇ ਚਿਰ ਤੋਂ, ਲੋਕਲ ਸਾਡੇ ਨਾਲ ਹੀ।
ਤੇ ਹੁਣ ਚਲੋ ਸੁੱਖ ਨਾਲ ਉਹਦਾ ਬੇਟਾ ਜਵਾਨ ਹੋਇਆ ਤੇ ਉਹ ਵੀ ਇੱਥੇ ਸਾਡੇ ਲੋਕਲ ਹੀ ਸਾਡੇ ਸ਼ਹਿਰ ਚ ਫਲੌਜੇ ਚ ਉਹ ਵੀ ਪੁਲਿਸ ਡਿਪਾਰਟਮੈਂਟ ਚ ਹੋ ਗਿਆ ਹੈ, ਭਰਤੀ ਹੋ ਗਿਆ। ਤੇ ਅਸੀਂ ਜਦੋਂ ਚੁਗਲ ਮੇਲਾ ਕਰਦੇ ਗਰੁੱਪ ਚ ਸਾਰੇ ਟੱਕਾਂ ਏਦੇ ਹੁੰਦੇ ਆ ਵੀ ਪੰਜ ਪੰਜ ਸੱਤ ਸੱਤ ਜਾਣੇ ਅਸੀਂ ਗਰੁੱਪ ਚ ਲੱਗ ਜਾਈਦਾ ਟੈਲੀਫੋਨ ਤੇ ਨਾ ਗੱਲ ਸਾਫ ਕਰਦੇ ਤੇ ਇੱਕ ਦਿਨ ਪੁੱਛਦੇ ਅਪਡੇਟ ਲੈਂਦੇ ਇਹਦਾ ਸ਼ੁਗਲ ਮੇਲਾ ਵੀ ਚੱਲਦਾ। ਤੇ ਏਦੇ ਇੱਕ ਮੁੰਡੇ ਨੇ ਵਿੱਚ ਕਹਿ ਦਿੱਤਾ ਕਹਿੰਦਾ ਵੀ ਇੱਧਰੋਂ ਕਹਿੰਦਾ ਉਹ ਦੇਖ ਲਓ ਕਹਿੰਦਾ ਬੈਲਟ ਬੁਲਟ ਲੱਗੀ ਹੈ ਜੇ ਨਿਕਲ ਦੀ ਲੰਘਣਾ ਕਹਿੰਦਾ ਮਾਮਾ ਖੜਾ ਮੂਹਰੇ। ਅੱਛਾ ਪੰਜਾਬੀ ਚ ਕਹਿੰਦਾ ਨਹੀਂ ਚੇਤਾ ਨੀ ਕਹਿੰਦਾ ਤਾਂ ਭਤੀਜਾ ਵੀ ਪੁਲਿਸ ਚ ਭਰਤੀ ਹੋ ਗਿਆ। ਅੱਛਾ 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 ਦੱਸਿਆ ਪਰ ਪ੍ਰੋਗਰਾਮ ਪੂਰਾ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਤੁਸੀਂ ਘਰਾਂ ਵਿੱਚ ਬੈਠੇ ਦਰਸ਼ਕ ਪੂਰਾ ਆਨੰਦ ਮਾਣ ਸਕੋ। ਫਿਲਹਾਲ ਬ੍ਰੇਕ ਲੈਂਦੇ ਹਾਂ, ਮਿਲਦੇ ਹਾਂ ਬ੍ਰੇਕ ਤੋਂ ਬਾਅਦ, ਦੇਖਦੇ ਰਹੋ ਚੱਸ ਪੰਜਾਬੀ। ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਅਤੇ ਦਵਿੰਦਰ ਹੋਠੀ ਸਾਹਿਬ ਸਾਡੇ ਨਾਲ ਫੋਨ ਲਾਈਨ 'ਤੇ ਲੱਗੇ ਹੋਏ ਨੇ, ਗੱਲਾਂ ਬਾਤਾਂ ਚੱਲ ਰਹੀਆਂ ਨੇ ਟਰੱਕਾਂ ਦੀਆਂ ਅਤੇ ਟਰੱਕ ਡਰਾਈਵਰਾਂ ਦੀਆਂ। ਹੋਠੀ ਸਾਹਿਬ ਹੈਲੋ। ਹਾਂਜੀ ਭਾਅ ਜੀ, ਹਾਂਜੀ। ਅੱਛਾ ਇੱਕ ਇੱਕ ਇਹ ਵੀ ਇੱਧਰ ਬੜਾ ਸੁਣਨ ਦੇ ਵਿੱਚ ਆਇਆ ਸੀਗਾ ਕਿ ਟਰੱਕ ਡਰਾਈਵਰ ਜਿਹੜੇ ਹੈਗੇ ਨੇ ਉਹ ਪੜ੍ਹੇ ਲਿਖੇ ਨਹੀਂ ਤਕਰੀਬਨ ਹੁੰਦੇ ਸੀ, ਪਰ ਟਰੱਕ ਡਰਾਈਵਰ ਬਣ ਜਾਂਦੇ ਸੀਗੇ, ਪੜ੍ਹੇ ਲਿਖੇ ਜ਼ਿਆਦਾ ਹੈ ਨਹੀਂ ਸੀਗੇ। ਇਹ ਵੀ ਸ਼ਾਇਦ ਸੱਚੀਆਂ ਹੀ ਗੱਲਾਂ ਨੇ, ਯੋਗ ਨਹੀਂ ਹੈਗਾ ਕਿ ਉਹ ਕੋਈ ਜਿੱਦਾਂ ਸਕੇਲ ਹੈ ਓਪਨ ਕਿ ਹੈਗਾ ਕਲੋਜ਼ ਹੈ ਇਹ ਦੇਖਣ ਵਾਸਤੇ। ਹੈਲੋ। ਹਾਂਜੀ ਹਾਂਜੀ। ਇਹ ਦੇਖਣ ਵਾਸਤੇ ਕੋਡ ਵਰਡ ਬਣਾਏ ਹੁੰਦੇ ਸੀ, ਉਹ ਕਹਿੰਦੇ ਸੀ ਵੀ ਜੇ ਤਾਂ ਆਂਡਾ ਸਬੂਤਾ ਆ ਤੇ ਫਿਰ ਤਾਂ ਇਹਦਾ ਮਤਲਬ ਵੀ ਸਕੇਲ ਖੁੱਲ੍ਹਾ, ਜੇ ਆਂਡਾ ਵਿੱਚੋਂ ਟੁੱਟਿਆ ਹੋਇਆ ਮਤਲਬ ਜੇ ਓ ਹੈ ਮੂਹਰੇ ਤਾਂ ਇਹਦਾ ਮਤਲਬ ਖੁੱਲ੍ਹਾ, ਅਤੇ ਜੇ ਆਂਡਾ ਟੁੱਟਿਆ ਹੋਇਆ ਵਿੱਚੋਂ ਸੀ ਹੈ ਤਾਂ ਇਹਦਾ ਮਤਲਬ ਸਕੇਲ ਜਿਹੜੀ ਕਲੋਜ਼ ਹੈ। ਅਤੇ ਸੱਚੀ ਸੱਚੀ ਹੋਊਗਾ ਵੀ ਲੋਕ ਪੜ੍ਹੇ ਲਿਖੇ ਆਪਣੇ ਨਹੀਂ ਸੀ ਇੰਨੇ ਜ਼ਿਆਦਾ ਪਹਿਲਾਂ, ਤਾਂ ਕਰਕੇ ਦੇਖੋ ਭਾਜੀ ਪਹਿਲੋਂ ਪਹਿਲੋਂ ਇਹ ਕੰਮ ਚੱਲ ਗਿਆ, ਹਜੇ ਵੀ ਕਈ ਆਪਣੇ ਸਿਆਣੇ ਬਜ਼ੁਰਗ ਹੈਗੇ ਆ ਜੇ ਜਿੱਦਾਂ ਜਿੱਦਾਂ ਦੀ ਲੋੜ ਹੁੰਦੀ ਹੈ ਜਿੱਦਾਂ ਜਿੱਦਾਂ ਦੇ ਕਾਨੂੰਨ ਹੁੰਦੇ ਜਾਂ ਹਾਲਾਤ ਡਿਮਾਂਡ ਮੁਤਾਬਕ ਕੰਮ ਚੱਲਦਾ। ਪਰ ਅੱਜ ਕੱਲ ਤੇ ਜਿਹੜਾ ਵਾ ਜਦੋਂ ਅਸੀਂ ਲਾਇਸੈਂਸ ਲਿਆ ਅੱਜ ਤੋਂ ਮਤਲਬ ਕੇ 7-8 ਸਾਲ ਪਹਿਲਾਂ ਦੀਆਂ ਗੱਲਾਂ ਵੀ ਜਾਂ ਹੁਣ ਵੀ, ਹੁਣ ਕਿਸਮ ਨਾਲ ਉਹ ਇੰਜੀਨੀਅਰ ਹੀ ਬਣਾ ਦਿੰਦੇ ਬੰਦੇ ਨੂੰ, ਇੰਨਾ ਕੁ ਜ਼ਿਆਦਾ ਪੜ੍ਹਾਉਂਦੇ ਉਹ, ਤੇ ਅੱਧਾ ਜਿਹੜਾ ਟਰੱਕ ਡਰਾਈਵਰ ਹੈ ਉਹ ਅੱਧਾ ਮਕੈਨਿਕ ਵੀ ਨਾਲ ਨਾਲ ਹੀ ਬਣਾ ਦਿੰਦੇ ਉਹ। ਹਾਂਜੀ, ਤੇ ਮਤਲਬ ਕਿ ਬੜਾ ਟਫ ਆ, ਪਹਿਲਾਂ ਸਮਿਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਚੱਲ ਗਈਆਂ, ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੈਗੀ ਅੱਜ ਕੱਲ੍ਹ ਨਹੀਂ। ਮੈਂ ਨਿਊਯਾਰਕ TLC ਦਾ ਲਾਇਸੈਂਸ ਵਾਸਤੇ ਚਲੋ ਲੈ ਕੇ ਰੱਖ ਲਿਆ ਸੀ ਵੀ ਚਲੋ ਟਾਈਮ ਔਖਾ ਸੌਖਾ ਆ ਜਾਂਦਾ ਟੈਕਸੀ ਦਾ ਡਰਾਈਵਰ ਦਾ ਜਿਹੜਾ, ਅਤੇ ਉਹ ਵੀ ਉਹਨਾਂ ਨੇ ਜਿਹੜੀਆਂ ਕਲਾਸਾਂ ਲਾਈਆਂ ਉਹ ਤਾਂ ਮੈਂ ਕਹਿੰਦਾ ਉਹ ਚਾਹੇ ਅਗਲੇ ਕਿਸੇ ਨੇ ਟੈਕਸੀ ਚਲਾਉਣੀ ਚਾਹੇ ਨਹੀਂ ਚਲਾਉਣੀ, ਚਾਹੇ ਆਪਦੀ ਗੱਡੀ ਵੀ ਚਲਾਉਣੀ ਆ ਉਹਦੇ ਵਾਸਤੇ ਵੀ ਉਹ ਅਗਰ ਕਲਾਸ ਬੰਦਾ ਲਾ ਲੈਂਦਾ ਨਾ, ਕਲਾਸਾਂ ਜਿਹੜੀਆਂ ਹੁੰਦੀਆਂ ਆਪਣੇ ਕਿੰਨੇ 24 ਘੰਟੇ ਦੀ ਜਿੰਨੀ ਵੀ ਹੈਗੀ ਆ, ਇੰਨੀ ਇੰਨੀ ਜਾਣਕਾਰੀ ਹਾਸਲ ਹੁੰਦੀ ਆ, ਇੰਨੀ ਹੁੰਦੀ ਹੈ ਹਿਸਾਬ ਕੋਈ ਨਹੀਂ। ਬਿਲਕੁਲ ਜੀ, ਐਂ ਨੂੰ ਬੰਦੇ ਨੂੰ ਉੱਥੇ ਦਾ ਬੰਦਾ ਬਣਾ ਕੇ ਫਿਰ ਲਾਇਸੈਂਸ ਮਿਲਦਾ, ਅੱਜ ਕੱਲ੍ਹ ਜਿਹੜੇ ਕੰਮ ਦੇ ਵਿੱਚ ਜਿਹੜੇ ਫੀਲਡ 'ਚ ਬੰਦੇ ਨੇ ਪੈਣਾ ਨਾ, ਉਹਨੂੰ ਐਨ ਉੱਦਾਂ ਦਾ ਬਣਾ ਕੇ ਤੇ ਫਿਰ ਲਾਇਸੈਂਸ ਦਿੰਦੇ ਹੈਗੇ ਆ ਕਿਸੇ ਵੀ ਚੀਜ਼ ਦਾ। ਅੱਛਾ, ਤੇ ਪੰਜਾਬ ਦਾ ਕੋਈ ਤਜਰਬਾ ਡਰਾਈਵਰਾਂ ਦਾ? ਨਹੀਂ, ਪੰਜਾਬ ਦਾ ਤੇ ਕੋਈ ਜ਼ਿਆਦਾ ਮੇਰਾ ਭਾਜੀ ਤਜਰਬਾ ਨਹੀਂ ਰਿਹਾ। ਤੇ ਇੱਧਰ ਨਾ ਮੈਂ ਗੱਲ ਸੁਣੀ, ਕਹਿੰਦੇ ਵੀ ਜਿੱਦਾਂ ਕੰਫੀਡੈਂਸ ਦੀ ਗੱਲ ਹੈ, ਠੀਕ ਹੈ, ਆਤਮ ਵਿਸ਼ਵਾਸ ਬੰਦੇ ਦਾ, ਆਤਮ ਵਿਸ਼ਵਾਸ ਕਿੰਨਾ ਕੰਫੀਡੈਂਸ, ਕੋਈ ਟਰੱਕ ਡਰਾਈਵਰ ਸੀਗਾ ਤੁਹਾਨੂੰ ਪਤਾ ਵੀ ਟਰੱਕਾਂ ਦੇ ਹੁੰਦੇ ਆ ਵੀ ਕਈਆਂ ਥਾਵਾਂ ਤੇ ਤੁਸੀਂ ਪੜਿਆ ਹੋਣਾ ਵੀ ਲਿਖਿਆ ਹੁੰਦਾ ਨੋ ਟਰੱਕ, ਉਹਦੇ ਟਰੱਕ ਨੀ ਜਾ ਸਕਦਾ, ਉਹਦੇ ਕਾਰਨ ਹੁੰਦੇ ਆ ਵੀ ਜਾਂ ਕੋਈ ਪੁਲ ਛੋਟਾ ਹੁੰਦਾ ਨੀਵਾਂ ਹੁੰਦਾ, ਬਿਲਕੁਲ, ਤੇ ਜਾਂ ਗਲੀ ਛੋਟੀ ਹੁੰਦੀ ਆ, ਕੋਈ ਨਾ ਕੋਈ ਕਾਰਨ ਹੁੰਦਾ ਹਨਾ। ਅੱਛਾ, ਤੇ ਉਹ ਟਰੱਕ ਡਰਾਈਵਰ ਕਿਤੇ ਗੁਆਚ ਗਿਆ ਵਿਚਾਰਾ, ਤੇ ਉਹ ਵੜ ਗਿਆ ਇਹੋ ਜਿਹੇ ਥਾਂ ਤੇ ਜਿੱਥੇ ਨੋ ਟਰੱਕ ਰੂਟ ਸੀ ਨਾ, ਤੇ ਡਿਲੀਵਰੀਆਂ ਕਰਦਾ ਸੀਗਾ, ਉਹ ਕਰਦਾ ਕਰਦਾ ਗਾਹ ਜਾ ਕੇ ਪੁਲਿਸ ਲਈ ਫਸ ਗਿਆ, ਨੀਵਾਂ ਸੀਗਾ ਪੁਲ ਮੁਰੇ ਗਲਤ ਰਾਹੇ ਵੜ ਗਿਆ, ਪੁਲਿਸ ਲਈ ਫਸ ਗਿਆ। ਚਲੋ ਪਿੱਛੇ ਕਾਰਾਂ ਦੀ ਲੱਗੇ ਲੈਣ, 2 ਮੀਲ ਤੱਕ ਟਰੈਫਿਕ ਪੈ ਗਿਆ, ਤੇ ਪੁਲਿਸ ਦੀ ਗੱਡੀ ਬੜੀ ਔਖੀ ਸੌਖੀ ਉੱਥੇ ਪਹੁੰਚੀ ਹਨਾ, ਤੱਕ ਜਦੋਂ ਪੁਲਿਸ ਵਾਲੇ ਪਹੁੰਚੇ ਤੈਨੂੰ ਕਹਿੰਦੇ ਵੀ ਆ ਕੇ ਕਹਿੰਦੇ ਵੀ ਹਾਂ ਵੀ ਕਿੱਦਾਂ ਜੈਂਟਲਮੈਨ ਕੀ ਗੱਲ ਹੋਈ ਇੱਧਰ ਕਿੱਧਰ ਫੋਟਾ ਤੂੰ, ਤੇ ਪੁਲ ਫਸਿਆ ਪਿਆ ਵਿੱਚ ਕੀ ਚੱਕਰ ਆ। ਅੱਛਾ, ਤੇ ਗੱਲ ਆ ਕੰਫੀਡੈਂਸ ਦੀ, ਆਤਮ ਵਿਸ਼ਵਾਸ ਦੀ,
ਕਹਿੰਦਾ ਨਹੀਂ ਨਹੀਂ ਆਫਿਸਰ ਕਹਿੰਦਾ ਪਹੁੰਚ ਨਹੀਂ ਹੋਇਆ, ਕਹਿੰਦਾ ਮੈਂ ਪੁਲ ਨੂੰ ਡਿਲੀਵਰੀ ਕਰਨ ਚੱਲਾ ਸੀ, ਕਹਿੰਦਾ ਮੇਰਾ ਪੇਲ ਮੁੱਕ ਗਿਆ ਮੈਂ ਤਾਂ ਖੜਾ ਹੋ ਗਿਆ ਇੱਥੇ। ਪੁਲ ਨੂੰ ਡਿਲੀਵਰੀ ਕਰਨ ਚੱਲਿਆ ਸੀ, ਉਹਨੇ ਗੱਲ ਬਣਾਤੀ, ਗੱਲ ਤੇ ਆਤਮ ਵਿਸ਼ਵਾਸ ਦੀ ਹੈ ਨਾ, ਕੰਫੀਡੈਂਸ ਦੀ। ਕਹਿੰਦਾ ਪੁਲ ਚ ਮੈਂ ਨੀ ਫਸਿਆ, ਕਹਿੰਦਾ ਮੈਂ ਪੁਲ ਲੈ ਕੇ ਚੱਲਾ ਸੀ ਕਿਤੇ ਡਿਲੀਵਰੀ ਕਰ ਰਿਹਾ, ਮੇਰਾ ਕਹਿੰਦਾ ਪੇਲ ਮੁੱਕ ਗਿਆ ਮੈਂ ਤਾਂ ਇੱਥੇ ਖੜਾ ਹੋਇਆ। ਮੈਨੂੰ ਲੱਗਾ ਕੇ ਮੈਂ ਹਜੇ ਪ੍ਰਪੇਅਰ ਨਹੀਂ, ਤੇ ਮੈਂ ਪਹਿਲਾਂ ਟੈਕਸੀ ਚਲਾਉਂਦਾ, ਮੈਂ ਫੇਰ ਟੈਕਸੀ ਚਲਾਉਣ ਲੱਗ ਪਿਆ ਹਨਾ। ਅੱਛਾ, ਤੇ ਉਸ ਟਾਈਮ ਤੇ ਮਤਲਬ ਅੱਜ ਤੋਂ 10 ਸਾਲ ਪਹਿਲਾਂ ਲਿਖੀ ਕਵਿਤਾ ਆ, ਤੇ ਹੌਲੀ ਹੌਲੀ ਜਦੋਂ ਧਿਆਨ ਨਾਲ ਸਮਝ ਆਈ ਆ। ਜੀ ਜੀ, ਧਿਆਨ ਨਾਲ ਹੌਲੀ ਹੌਲੀ। ਹਾਂਜੀ, ਇੱਕ ਟਰੱਕ ਹੁੰਦਾ ਤੇ ਇੱਕ ਟੈਕਸੀ ਹੁੰਦੀ ਆ, ਉਹ ਦੋਨੇ ਇੱਕ ਦੂਜੇ ਨਾਲ ਗੱਲਾਂ ਕਰਦੇ, ਮਤਲਬ ਬੰਦੇ ਕਰਦੇ ਆ, ਕਹਿ ਲਓ ਗੱਡੀਆਂ ਕਰਦੀਆਂ, ਟਰੱਕ ਤੇ ਟੈਕਸੀ। ਕਿਸੇ ਵਜ੍ਹਾ ਕਰਕੇ ਉਹਨਾਂ ਤੇ ਲੜਾਈ ਹੋ ਪੈਂਦੀ, ਤੂੰ ਤੂੰ ਮੈਂ ਹੁੰਦੀ, ਸੁਣਨ ਵਾਲੀ ਗੱਲ ਹੈ ਬਈ। ਇੱਕ ਦਿਨ ਟਰੱਕ ਤੇ ਟੈਕਸੀ ਦੇ ਵਿੱਚ ਹੋ ਗਈ ਤੂੰ ਤੂੰ ਮੈਂ ਤੇ ਖਿੱਚ ਖਿੱਚ, ਮਤਲਬ ਕਿ ਫਸ ਗਏ ਹਨਾ। ਇਹ ਤਾਂ ਮੈਨੂੰ ਯਾਦ ਨੀ ਪਹਿਲੋਂ ਕਿੰਨੇ ਕਰੀ ਖਰਾਬੀ ਸੀ, ਪਰ ਇੱਕ ਗੱਲ ਦਾ ਚੇਤਾ, ਦੋਨਾਂ ਦੇ ਡਰਾਈਵਰ ਪੰਜਾਬੀ ਸੀ। ਅੱਛਾ, ਠੀਕ ਹੈ। ਜਦੋਂ ਮੈਂ ਲਾਗੇ ਪਹੁੰਚਾ ਉਦੋਂ ਟਰੱਕ ਸੀ ਰੌਲਾ ਪਾਉਂਦਾ, ਤੇ ਉੱਚੀ ਉੱਚੀ ਬੋਲ ਕੇ ਵੱਡੇ ਇੰਜਨ ਦਾ ਰੋਹਬ ਜਮਾਉਂਦਾ, ਕਹਿੰਦਾ ਨੀ ਮੇਰਾ ਇੰਜਨ ਗਰਮ ਹੋਣ ਲਈ ਕਿੰਨਾ ਤੇਲ ਮਚਾਵੇ, ਕਹਿੰਦਾ ਤੇਰੇ ਵਰਗੀ ਉਹਨੇ ਦੇ ਵਿੱਚ 100 ਮੀਲ ਜਾ ਆਵੇ। ਅੱਛਾ, ਕਹਿੰਦਾ ਤੂੰ ਦੱਬ ਖੜੱਬੀ ਭੇਡਾਂ ਵਰਗੀ ਗੱਲਾਂ ਕਰਦੀ ਮੇਰੇ ਨਾਲ, ਉਹ ਮੈਂ ਸੜਕਾਂ ਦਾ ਰਾਜਾ ਅੜੀਏ ਮੂੰਹ ਨੀ ਲਾਉਂਦਾ ਤੇਰੇ ਨਾਲ, ਤੇ ਅੱਗ ਭੁੱਕਾ ਹੋ ਕੇ ਮੂਹਰਿਓਂ ਬੋਲੀ ਮਿੱਤਰੋ ਟੈਕਸੀ। ਅੱਛਾ, ਲਾਲ ਅੱਖਰ ਅੱਖਾਂ ਤੇ ਫੜਕਣ ਡੋਏ ਬਿਨਾਂ ਪੀਤਿਓ ਰਸਕੀ, ਕਹਿੰਦੀ ਵੇ ਟਰੱਕ ਨੂੰ, ਕਹਿੰਦੀ ਵੇ ਤੇਰੇ ਵਾਂਗ ਬਿਨਾਂ ਵਜਾ ਇੰਨਾ ਤੇਲ ਨਾ ਮੈਂ ਮਚਾਵਾਂ, ਪਰ ਜਿੱਥੇ ਲਿਖਿਆ ਹੁੰਦਾ ਟਰੱਕ ਨਾ ਟੈਂਟਰ ਜਿੱਥੇ ਤੈਨੂੰ ਬੰਨ ਨੀ ਦਿੰਦੇ, ਕਹਿੰਦੀ ਮੈਂ ਉੱਥੇ ਵੀ ਜਾਵਾਂ, ਤੇ ਕਹਿੰਦੀ ਹਫ਼ਤਾ ਹਫ਼ਤਾ ਨਾਵੇ ਨਾ ਤੂੰ ਪਈਆਂ ਤੇਰੇ ਜੂਆਂ, ਫੜਿਆ ਇੰਜਣ ਮੁਸ਼ਕ ਮਾਰਦਾ ਛੱਡਦਾ ਜਾਵੇ ਧੂੰਆਂ, ਤੇ ਚਾਵੀ ਕਹਿੰਦਾ ਟਰੱਕ ਕਹਿੰਦਾ ਮੈਂ ਸਭ ਕੁਛ ਜਾਣਾ, ਬਈ ਟਰੱਕ ਕਹਿੰਦਾ ਮੈਂ ਸਭ ਕੁਛ ਜਾਣਾ ਨੀ ਕਿਹੜੀ ਸਟੇਟ ਆ ਕਿੱਥੇ, ਪੂਰਾ ਅਮਰੀਕਾ ਕੈਨੇਡਾ ਘੁੰਮਿਆ, ਕਹਿੰਦਾ ਟਰੱਕ ਕਹਿੰਦਾ ਮੈਂ ਸਭ ਕੁਛ ਜਾਣਾ ਨੀ ਕਿਹੜੀ ਸਟੇਟ ਆ ਕਿੱਥੇ ਨੀ ਕਿਹੜਾ ਫ੍ਰੀਵੇ ਕਿੱਥੋਂ ਲੈਣਾ, ਮੈਨੂੰ ਲੈ ਜੀ ਮਰਜ਼ੀ ਜਿੱਥੇ, ਕਹਿੰਦਾ ਐਲੇ ਤੋਂ ਅਸੀਂ ਲੱਡੂ ਖਾਈਏ ਤੇ ਨਿਊਯਾਰਕ ਖਾਈਏ, ਐਲੇ ਤੋਂ ਅਸੀਂ ਬਰਫੀ ਖਾਈਏ ਨਿਊਯਾਰਕ ਜਾਂ ਲੱਡੂ, ਕਹਿੰਦਾ ਤੂੰ ਤਾਂ ਇੱਥੇ ਘੁੰਮੀ ਜਾਣੀ ਜੇ ਹੁੰਦਾ ਖੂਹ ਦਾ ਡੱਡੂ ਮੇਰਾ ਮਾਰਿਆ ਹੈ ਤੂੰ ਰੁਕ ਲਿਆ। ਟੈਕਸੀ ਕਹਿੰਦੀ ਮੈਂ ਸਭ ਕੁਛ ਜਾਣਾ, ਉਹ ਕੀ ਤੁਸੀਂ ਕਿੱਥੋਂ ਖਾਂਦੇ, ਕਹਿੰਦੀ ਹਫ਼ਤੇ ਹਫ਼ਤੇ ਦੀਆਂ ਰੋਟੀਆਂ ਘਰੋਂ ਹੀ ਨਾਲ ਲੈ ਜਾਂਦੇ, ਬਿਲਕੁਲ ਸੱਚੀ ਗੱਲ, ਕਹਿੰਦੀ ਪੁਲਿਸ ਵਾਲੇ ਤੁਹਾਨੂੰ, ਕਹਿੰਦੀ ਪੁਲਿਸ ਵਾਲੇ ਤੁਹਾਨੂੰ ਝੱਟ ਰੋਕਦੇ ਨੇ ਜਦੋਂ ਮਾੜਾ ਜਿਹਾ ਵੱਧ ਜਾਂਦੇ ਆ ਸਪੀਡੋ, ਕਿਉਂਕਿ ਟਰੱਕ ਨੂੰ ਛੇਤੀ ਫੜਦੇ, ਕਹਿੰਦੀ ਪੁਲਿਸ ਵਾਲੇ ਤੁਹਾਨੂੰ ਥਾਂ ਥਾਂ ਰੋਕਣ ਜਦੋਂ ਜਾਂਦੇ ਵੱਧ ਸਪੀਡੋ, ਕਹਿੰਦੀ ਘੰਟਾ ਘੰਟਾ ਕਹਿੰਦੇ ਰਹਿੰਦੇ ਖਾ ਖਾ ਤੁਸੀਂ ਬਰੀਟੋ। ਅੱਛਾ, ਟਰੱਕ ਕਹੇ ਨੀ ਤੂੰ ਕੀ ਜਾਣੇ, ਟਰੱਕ ਕਹਿੰਦਾ ਨੀ ਤੂੰ ਕੀ ਜਾਣੇ ਢੋਵਾਂ ਭਾਰ ਮੈਂ ਭਾਰੀ, ਇਹ ਤੂੰ ਤਾਂ ਬੰਦੇ ਦੋ ਦੋ ਚੱਕਦੀ ਸਾਰਾ ਦਿਨ ਵਿਚਾਰੀ, ਕਹਿੰਦਾ 18 ਮੇਰੇ ਟਾਇਰ ਨੀ ਬਲੀ, ਮੈਂ ਜਦੋਂ ਸੜਕ ਤੇ ਲਾਵਾਂ ਤੇਰੇ ਜਿਹੀਆਂ ਨੌ ਨੌ ਚੱਕ ਕੇ ਡੀਲਰਸ਼ਿਪ ਛਡਾਵਾਂ। ਅੱਛਾ, ਠੀਕ ਹੈ, ਟਰੱਕ ਤੇ ਨੌ ਕਾਰਾਂ ਲੱਦੀਆਂ ਹੁੰਦੀਆਂ, ਕਹਿੰਦਾ ਤੇਰੇ ਜਿਹੀਆਂ ਨੌ ਨੌ ਚੱਕ ਕੇ ਡੀਲਰਸ਼ਿਪ ਛਡਾਵਾਂ, ਕਹਿੰਦਾ ਹਫ਼ਤੇ ਬਾਅਦ ਜਦ ਲਾਹ ਕੇ ਲੋੜ ਤਾਂ ਮੁੜ ਫਿਰ ਹਜੇ ਆਵਾਂ, ਤੇ ਕਹਿੰਦਾ ਖਰਚਾ ਪਾਣੀ ਕੱਢ ਕੇ $25 ਪਹੁੰਚਾਵਾਂ, ਤੇ ਟੈਕਸੀ ਕਹਿੰਦੀ ਤੇਰੀ ਮਾੜੀ ਹਾਲਤ ਹੋ ਗਈ ਬੜੀ ਟਰੱਕਿਆ, ਕਹਿੰਦੀ ਢੋ ਢੋ ਭਾਰ ਤੋਂ ਬੁੱਢਾ ਹੋਇਆ ਤੇ ਤਰਦਾ ਥੱਕਿਆ ਥੱਕਿਆ, ਕਹਿੰਦੀ ਦੋ ਦੋ ਹਫ਼ਤੇ ਘਰ ਨੀ ਵੜਦੇ, ਤੇ ਖੁਦ ਨੂੰ ਕਹਾਉਂਦੇ ਰਿਸਕੀ, ਉਹ ਰੋਜ਼ ਰਾਤ ਨੂੰ ਤਾਜ਼ੀ ਰੋਟੀ ਘਰ ਖਾ ਜਾਵੇ ਟੈਕਸੀ, ਕਹਿੰਦੀ ਸਾਰਾ ਦਿਨ ਮੈਂ ਲਵਾਂ ਨਜ਼ਾਰੇ, ਟੈਕਸੀ ਕਹਿੰਦੀ ਕਹਿੰਦੀ ਸਾਰਾ ਦਿਨ ਮੈਂ ਲਵਾਂ ਨਜ਼ਾਰੇ, ਵਿੱਚ ਹੋਟਲ 12 ਪੱਬਾਂ ਤੇ ਰਾਤ ਨੂੰ ਫੁੱਲਾਂ ਵਰਗੀਆਂ ਮੇਮਾਂ ਛੱਡਾਂ ਨਾਈਟ ਕਲੱਬਾਂ, ਸ਼ੁਕਰ ਮੇਲਾ ਸੀ ਮੇਰੇ ਖਿਆਲ, ਹੁਣ ਬਸ ਕਰੀਏ ਮਿੱਤਰੋਂ ਕਾਫੀ, ਜੇ ਕਿਸੇ ਨੂੰ ਕੁਛ ਮਾੜਾ ਲੱਗਾ ਤਾਂ ਉਹ ਤੋਂ ਮੰਗਦਾ ਮਾਫ਼ੀ, ਕਹਿੰਦਾ ਟੈਕਸੀ ਚਲਾਓ ਭਾਵੇਂ ਟਰੱਕ ਚਲਾਓ ਕਿਤੇ ਨਾ ਕੋਈ ਖਰਾਬੀ, ਰੱਬ ਤੁਹਾਡੇ ਤੇ ਮਿਹਰਾਂ ਰੱਖੇ, ਬਸ ਘੁੰਮਦੀ ਘੁੰਮਦੀ ਰਹੇ ਤੁਹਾਡੀ ਚਾਬੀ, ਤਾਂ ਮੈਨੂੰ ਪਤਾ ਟਰੱਕਾਂ ਨੂੰ ਲੋੜ ਨੀ ਮਿਲਦਾ ਅੱਜ ਕੱਲ੍ਹ ਕੰਮ ਸਲੋਹ,
ਪਰ ਟੈਕਸੀ ਦੀ ਵੀ ਮਾੜੀ ਹਾਲਤ, ਕਿਉਂਕਿ ਉਬਰ ਆ ਗਈ ਨਾ, ਕਹਿੰਦਾ ਮੈਨੂੰ ਪਤਾ ਟਰੱਕਾਂ ਨੂੰ ਲੋਡ ਨੀ ਮਿਲਦਾ ਅੱਜ ਕੱਲ ਕੰਮ ਸਲੋ, ਪਰ ਟੈਕਸੀ ਦੀ ਵੀ ਮਾੜੀ ਹਾਲਤ ਕੁਛ ਨੀ ਸਕਦਾ ਹੋ, ਇਹ ਝੂਠੀ ਮੂਠੀ ਹਾਫੋ ਵਾਲੀ ਕਹਾਣੀ ਜਿਹੜੀ ਸੁਣਾਈ, ਇਹ ਕਹਿੰਦਾ ਬੱਲਾ ਵਾਲੇ ਦਵਿੰਦਰ ਉੱਠੀ ਬਸ ਕੋਈ ਜੋੜ ਬਣਾਈ ਤੇ ਕੋਈ ਜੋੜ ਬਣਾਈ। ਬਹੁਤ ਮਿਹਰਬਾਨੀ, ਬਹੁਤ ਮਿਹਰਬਾਨੀ ਦਵਿੰਦਰ ਤੁਹਾਡੀ, ਥੈਂਕ ਯੂ, ਥੈਂਕ ਯੂ ਭਾਜੀ, ਥੈਂਕ ਯੂ ਜੀ। ਪ੍ਰੋਗਰਾਮ ਤੁਹਾਡੇ ਰੂ ਰੂ ਚੱਲ ਰਿਹਾ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ, ਫਿਲਹਾਲ ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹਾਂ ਜੀ ਬ੍ਰੇਕ ਤੋਂ ਬਾਅਦ, ਅਤੇ ਅੱਜ ਗੱਲਬਾਤ ਚੱਲ ਰਹੀ ਹੈ ਟਰੱਕਾਂ ਦੀ ਅਤੇ ਟਰੱਕ ਡਰਾਈਵਰਾਂ ਦੀ। ਥੋੜ੍ਹੀ ਜਿਹੀ ਗੱਲਬਾਤ ਮੈਂ ਹੋਰ ਕਰਦਾ ਇੱਧਰਲੇ ਮੁਲਕਾਂ ਦੇ ਵਿੱਚ ਵੀ ਟਰੱਕਾਂ ਵਾਲੇ ਜਿਹੜੇ, ਜਿਵੇਂ ਪਹਿਲਾਂ ਗੱਲ ਸੁਣਾਈ ਆ, ਕੋਈ ਨਾ ਕੋਈ ਫਨੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਇਸ ਤਰ੍ਹਾਂ ਦੀਆਂ, ਪਰ ਕਈ ਵਾਰੀ ਜ਼ਿਆਦਾ ਹੀ ਫਨੀ ਹੋ ਜਾਂਦੀਆਂ। ਗੱਲ ਜੇ ਕਰੀਏ ਨਾ ਤਾਂ ਗੱਲ ਟਰੱਕਾਂ ਵਾਲਿਆਂ ਦੇ ਇੱਧਰਲੇ ਮੁਲਕਾਂ ਦੇ ਵਿੱਚ ਵੀ, ਪੰਜਾਬ ਕੈਨੇਡਾ ਦੀ ਜੇ ਗੱਲ ਕਰੀਏ, ਕੈਨੇਡਾ ਦੇ ਵਿੱਚੋਂ ਇੱਕ ਪਿੱਛੇ ਜਿਹੇ ਕਿੱਸਾ ਸਾਹਮਣੇ ਆਇਆ ਸੀਗਾ, ਡਰੱਗ ਵਗੈਰਾ ਦਾ ਵੀ ਸਾਡੇ ਕਈ ਬੰਦੇ ਪੰਜਾਬੀ ਜਿਹੜੇ ਨੇ ਉੱਧਰ ਵੀ ਪੈ ਜਾਂਦੇ ਨੇ, ਪਰ ਉਹ ਬਹੁਤ ਮਾੜੀ ਗੱਲ ਹੈ। ਇੱਕ ਬੰਦੇ ਨੇ ਟੀਮ ਡਰਾਈਵਰ ਜਿਹੜੀਆਂ ਹੈਗੀਆਂ ਨੇ, ਘਰ ਵਾਲੀਆਂ ਨਾਲ ਟੀਮ ਡਰਾਈਵਰ ਨੇ, ਅੱਜ ਕੱਲ੍ਹ ਬਹੁਤ ਵਧੀਆ ਗੱਲ ਜਿਹੜੀ ਹੈਗੀ ਘਰ ਵਾਲੀਆਂ ਟੀਮ ਡਰਾਈਵਰ ਨੇ, ਔਰ ਮੈਂ ਪੁੱਛਿਆ ਵੀ ਟੀਮ ਡਰਾਈਵਰ ਫਾਇਦਾ ਕਿ ਨੁਕਸਾਨ ਘਰ ਵਾਲੀ ਨਾਲ ਹੋਵੇ, ਤਾਂ ਉਹ ਕਹਿੰਦਾ ਵੀ ਚਲੋ ਵੈਸੇ ਤਾਂ ਘਰ ਵਾਲੀ ਨਾਲ ਹੋਵੇ ਨਾ ਹੋਵੇ ਨੁਕਸਾਨ ਹੀ ਨੁਕਸਾਨ ਹੈ, ਪਰ ਟੀਮ ਡਰਾਈਵਰ ਦਾ ਇਹ ਫਾਇਦਾ ਹੈਗਾ ਵੀ ਲੜਨਾ ਲੁੜਨਾ ਹੁੰਦਾ ਤਾਂ ਉਹ ਰਾਹ 'ਚ ਹੀ ਲੜ ਲੁੜ ਲਈਦਾ, ਜਾਂਦੇ ਜਾਂਦੇ ਟਰੱਕ ਦੇ ਵਿੱਚ ਤਾਂ ਮੁੜ ਕੇ ਘਰ ਫਿਰ ਬਚਾ ਰਹਿੰਦਾ। ਉਹ ਬੰਦਾ ਸੀ ਇੱਕ, ਘਰ ਵਾਲੀ ਲੜਦੀ ਬਹੁਤ ਸੀ, ਅਤੇ ਕੈਨੇਡਾ ਤੋਂ ਉਹਨੇ ਟਰੱਕ ਦੇ ਵਿੱਚ ਭੇਜਿਆ ਉਹਨੂੰ ਅਮੈਰੀਕਾ ਬਾਰਡਰ ਤੋਂ, ਵਿੱਚ ਕਿਤੇ ਕੋਈ ਡਰੱਗ ਡਰੁੱਗ ਨਾਲ ਰੱਖਤੀ। ਦੂਜੇ ਬੰਦੇ ਨੇ ਪੁੱਛਿਆ ਯਾਰ ਤੂੰ ਭਰਜਾਈ ਨੂੰ ਇੰਨਾ ਰਿਸਕ ਜਿਹੜਾ ਉਹ ਕਿਉਂ ਲੈਣ ਦਿੱਤਾ, ਭਰਜਾਈ ਨੂੰ ਇੰਨਾ ਰਿਸਕ ਜਿਹੜਾ, ਅਤੇ ਵੀ ਕੀ ਕਹਿੰਦਾ ਵੀ ਦੇਖੋ ਸਿੱਧੀ ਜੀ ਗੱਲ ਹੈ, ਜੇ ਤਾਂ ਡਰੱਗ ਲੰਘ ਗਿਆ ਤਾਂ ਫਿਰ ਤਾਂ ਵਾਰੇ ਨਿਆਰੇ ਜ਼ਿੰਦਗੀ ਅਤੇ ਮੇਰੇ ਵੀ ਅਤੇ ਭਰਜਾਈ ਦੇ ਵੀ, ਅਤੇ ਜੇ ਉਹ ਕਹਿੰਦਾ ਵੀ ਜੇ ਫਸ ਗਈ ਭਰਜਾਈ ਉੱਥੇ ਫਿਰ ਕਹਿੰਦਾ ਚਲੋ ਆਪਾਂ ਨੂੰ ਘਰ ਵਾਲੀ ਨਵੀਂ ਮਿਲ ਜੂ, ਇਹੋ ਜਿਹੀ ਸੋਚ ਵੀ ਹੈਗੀ ਲੋਕਾਂ ਦੀ, ਬਹੁਤ ਸਾਰੇ ਲੋਕਾਂ ਦੀ। ਨਾਲ ਇੱਕ ਦੋ ਗੀਤ ਤੁਹਾਡੇ ਨਾਲ ਸਾਂਝੇ ਕਰਦੇ, ਇੱਕ ਗੀਤ ਬੜਾ ਵਧੀਆ ਰਣਜੀਤ ਬਾਬੇ ਦਾ ਆਇਆ ਸੀ ਵੀ ਟਰੱਕਾਂ ਦੀ ਡਰਾਈਵਰੀ ਸੌਖੀ ਨਹੀਂ ਹੈਗੀ, ਜਹਾਜ਼ ਚਲਾਉਣ ਨਾਲੋਂ ਵੀ ਕਹਿੰਦਾ ਔਖੀ ਹੈ। ਔਰ ਫਿਰ ਇੱਧਰਲੇ ਮੁਲਕਾਂ ਦੇ ਲੋਕ ਜਿਹੜੇ ਸਾਡੇ ਬਹੁਤ ਪਸੰਦ ਕਰਦੇ ਨੇ ਇਹੋ ਜਿਹੇ ਗੀਤ। ਇੱਕ ਗਾਣਾ ਆਇਆ ਸੀ ਰਣਜੀਤ ਬਾਬੇ ਦਾ ਵੀ, ਤੇਰੀ ਵੇ ਡਰਾਈਵਰ ਅਮਰੀਕਾ ਵਾਲਿਆ ਕਿੱਥੇ ਜਾਂਦੀ ਤਨਖਾਹ, ਤੇਰੀ ਵੇ ਡਰਾਈਵਰ ਕੈਨੇਡਾ ਵਾਲਿਆ ਤੇਰੀ ਕਿੱਥੇ ਜਾਂਦੀ ਤਨਖਾਹ, ਰਣਜੀਤ ਬਾਬੇ ਦਾ ਗੀਤ ਸੀਗਾ ਇਹ ਗਾਣਾ। ਮੈਂ ਤੁਹਾਨੂੰ ਬਾਅਦ ਦਿਖਾਉਣਾ, ਪਹਿਲਾਂ ਮੈਂ ਇਹ ਦੱਸ ਦਿੰਦਾ ਤਨਖਾਹ ਜਾਂਦੀ ਕਿੱਥੇ ਹੋ ਸਕਦੀ ਆ। ਦੇਖੋ ਡਰਾਈਵਰ ਜੇ ਹੁਣ ਨਿਊਯਾਰਕ ਤੋਂ ਚੱਲਦਾ ਐਲ ਏ ਨੂੰ ਸਿੱਧਾ ਇੱਧਰ, ਅਤੇ ਉਹ ਕਿੰਨਾ ਪੈਸਾ ਕਮਾ ਸਕਦਾ, ਕਿੰਨੀ ਉਹਦੇ ਚੱਕਰ ਦੇ ਪੈਸੇ ਬਣਦੇ ਡਰਾਈਵਰ ਦੇ, ਅਤੇ ਤਨਖਾਹ ਫਿਰ ਵੀ ਘਰ ਨਹੀਂ ਪਹੁੰਚਦੀ, ਕਿੱਥੇ ਜਾਂਦੀ ਤਨਖਾਹ, ਫਿਰ ਉਹ ਪੁੱਛਦੀ ਹੈ ਘਰ ਵਾਲੀ ਉਹਨੂੰ ਗਾਣੇ ਦੇ ਵਿੱਚ। ਹੋਇਆ ਇਹ ਹੋਏਗਾ, ਇਹ ਗੱਲ ਪਤਾ ਸੱਚੀ ਆ ਕਿ ਝੂਠੀ ਆ ਇਹ ਨਹੀਂ ਪਤਾ ਹੁਣ ਮੈਨੂੰ, ਪਰ ਗੱਲ ਹੈਗੀ ਆ ਟਰੱਕ ਡਰਾਈਵਰਾਂ ਨਾਲ ਸੰਬੰਧਿਤ। ਕੋਈ ਬੰਦਾ ਨਿਊਯਾਰਕ ਤੋਂ ਚੱਲਿਆ ਐਲ ਏ ਵਾਸਤੇ, ਜਿਵੇਂ ਚੱਲਿਆ ਨਿਊਯਾਰਕ ਤੋਂ, ਅਤੇ ਸੀਗਾ ਪਤਾ ਵੀ 8-10 ਦਿਨ ਲੱਗ ਜਾਣੇ ਰਾਹ ਦੇ ਵਿੱਚ ਤੁਰਦੇ ਕਰਦੇ, ਅਤੇ ਨਾਲ ਨਿਊਯਾਰਕ ਤੋਂ ਚੰਗਾ ਭਲਾ ਵਿਆਹ ਵਰਿਆ ਹੋਣ ਦੇ ਬਾਵਜੂਦ, ਨਿਆਣੇ ਨਿੱਕੇ ਹੋਣ ਦੇ ਬਾਵਜੂਦ, ਨਿਊਯਾਰਕ ਤੋਂ ਆਪਦੀ ਗਰਲਫ੍ਰੈਂਡ ਨਾਲ ਬਿਠਾਲੀ ਸੀਟ 'ਤੇ, ਚੱਲ ਆ ਜਾ ਘੁੰਮਦੇ ਫਿਰਦੇ ਚੱਲਦੇ ਹਾਂ, ਘੁੰਮਦੇ ਫਿਰਦੇ ਆ ਜਾਣਗੇ ਆਪਾਂ ਗੱਪਾਂ ਮਾਰਦੇ। ਚਲੋ ਜੀ ਬਿਠਾ ਲਈ, ਆਇਆ ਨਿਊਯਾਰਕ ਤੋਂ ਐਲ ਏ, ਲੋਡ ਵਗੈਰਾ ਲਾ ਲੂ ਕੇ ਸਾਰਾ ਕਰ ਕਰਾ ਕੇ ਵਾਪਸ ਚਲੇ ਗਿਆ, ਅਤੇ ਘਰ ਵਾਲੀ ਜਦੋਂ ਵਾਪਸ ਗਿਆ ਤਾਂ ਘਰ ਵਾਲੀ ਨੇ ਉਹਨੂੰ ਇੱਕ ਚਿੱਠੀ ਫੜਾਈ, ਕਹਿੰਦੀ ਜੇ ਚਿੱਠੀ ਆਈ ਮਗਰੋਂ, ਕਹਿੰਦਾ ਕੋਈ ਨਹੀਂ ਟਿਕਟ ਟੂਟ ਹੋਊਗੀ ਤਾਂ ਲਾਈਟਾਂ ਲੂਟਾਂ ਲੰਘ ਗਏ ਹੋਵਾਂਗੇ, ਅਤੇ ਕੋਈ ਨਹੀਂ ਰੱਖਦੇ ਭਰ ਦਾਂਗੇ। ਉਹ ਕਹਿੰਦੀ ਲਾਈਟਾਂ ਲੂਟਾਂ ਦਾ ਕੋਈ ਚੱਕਰ ਨਹੀਂ ਹੈਗਾ, ਟਿਕਟ ਦਾ ਮੈਨੂੰ ਕੁਛ ਨਹੀਂ ਲੈਣਾ ਦੇਣਾ, ਇੱਕ ਇੱਕ ਛੱਡ 20 ਆਉਣ ਭਾਵੇਂ, ਤੂੰ ਮੈਨੂੰ ਇਹ ਦੱਸ ਵੀ ਆਈ ਤਾਂ ਟਿਕਟ ਹੀ ਹੈ, ਆ ਡਰਾਈਵਰ ਸੀਟ ਦੇ ਨਾਲ ਤੇਰੀ ਜਿਹੜੀ ਮੂਹਰੇ ਬੈਠੀ ਆ ਇਹ ਕੌਣ ਹੈ, ਇਹ ਦੱਸ ਮੈਨੂੰ। ਮਤਲਬ ਕਿ ਇੱਧਰ ਮੈਂ ਦੇਖਿਆ ਜਦੋਂ ਕੋਈ ਫੋਟੋ ਖਿੱਚਦੇ ਨੇ ਤਾਂ ਨਾਲ ਪੂਰੀ ਮੂਹਰੇ ਫਰੰਟ ਤੋਂ ਫੋਟੋ ਆਉਂਦੀ ਹੈ, ਡਰਾਈਵਰ ਸੀਟ ਦੇ ਨਾਲ ਜਿਹੜੀ ਨਾਲ ਬਿਠਾਈ ਹੋਈ ਸੀਗੀ ਉਹਦੀ ਫੋਟੋ ਵੀ ਘਰ ਲਈ ਵਿੱਚ ਲਈ, ਫਿਰ ਦੇਖੇ ਤਾਂ ਵੀ ਹੁਣ ਇਹ ਵੀ ਨਹੀਂ ਕਹਿ ਸਕਦਾ ਇੰਡੀਆ ਵਾਂਗੂ ਵੀ, ਉਹ ਤਾਂ ਵਿਚਾਰੀ ਰਾਹ 'ਚ ਖੜੀ ਸੀ, ਦੁਖੀ ਸੀ ਬਹੁਤ, ਇਹਨੇ ਲਿਫਟ ਲਈ ਮੈਨੂੰ ਹੱਥ ਦਿੱਤਾ ਅਤੇ ਮੈਂ ਫਿਰ ਰੋਕ ਲਿਆ ਤਰਸ ਕਰਕੇ ਇਹਨੂੰ ਛੱਡਣਾ ਸੀਗਾ, ਹਾਂ ਇਹ ਵੀ ਨਹੀਂ ਕਹਿ ਸਕਦਾ। ਫਿਰ ਇਹੋ ਜਿਹਾ ਪੰਗਾ ਪੈਂਦਾ ਤਾਂ ਮੁੜ ਕੇ ਕਿੱਥੇ ਖੜਦਾ ਇਹੋ ਜਿਹਾ ਪੰਗਾ, ਕਿੱਥੇ ਮੁੱਕਦਾ ਜਾ ਕੇ, ਇਹ ਆਪਾਂ ਨੂੰ ਪਤਾ ਹੀ ਆ। ਸੋ ਜਵਾਬ ਮੈਂ ਦੇਤਾ ਵੀ ਤਨਖਾਹ ਕਿੱਥੇ ਜਾਂਦੀ ਹੋ ਸਕਦੀ ਬੰਦੇ ਦੀ। ਜੀ ਬ੍ਰੇਕ ਤੋਂ ਬਾਦ ਹਾਜ਼ਰ ਹਾਂ, ਅਤੇ ਪ੍ਰੋਗਰਾਮ ਤੁਸੀਂ ਅੱਜ ਦਾ ਦੇਖ ਰਹੇ ਹੋ ਰਿਕਾਰਡਡ, ਕੱਲ੍ਹ ਵਾਲਾ ਸਿਲਸਿਲਾ ਅਜੇ ਨਹੀਂ ਸ਼ੁਰੂ ਕੀਤਾ, ਅਤੇ ਗੱਲਬਾਤ ਅੱਜ ਮੈਂ ਟਰੱਕਾਂ ਦੀ ਸ਼ੁਰੂ ਕੀਤੀ ਸੀ, ਅਤੇ ਗੱਲਾਂ ਇੰਨੀਆਂ ਕੁ ਹੈਗੀਆਂ ਸਮਝ ਨਹੀਂ ਆਉਂਦੀ ਵੀ ਕਿੱਥੋਂ ਸ਼ੁਰੂ ਕਰੀਏ ਅਤੇ ਕਿੱਥੋਂ ਖਤਮ ਕਰੀਏ। ਟਰੱਕਾਂ ਦੀ ਜੇ ਪੰਜਾਬ ਦੇ ਟਰੱਕਾਂ ਦੀ ਗੱਲ ਕਰੀਏ ਤਾਂ ਫਟਾਫਟ ਜ਼ਹਿਨ ਦੇ ਵਿੱਚ ਇੱਕ ਗੱਲ ਆ ਜਾਂਦੀ, ਜਿਵੇਂ ਮੈਂ ਪਹਿਲਾਂ ਕਿਹਾ ਨਾਲ ਇੱਕ ਬੱਚੀ ਹੁੰਦਾ ਕਲੀਨਰ ਜਿਹਨੂੰ ਅਸੀਂ ਕਹਿੰਦੇ ਹਾਂ, 10ਵੀਂ ਤੋਂ ਬਾਅਦ ਘਰ ਦੇ ਨਾਲ ਤੋੜਦੇ ਹੁੰਦੇ ਸੀਗੇ, ਨਿਆਣੇ ਨੂੰ ਇੱਕ ਨੂੰ ਟਰੱਕ ਵਾਲੇ ਨਾਲ ਤੋੜ ਦੇਣਾ ਅਤੇ ਦੂਏ ਨੂੰ ਪਿੰਡ ਜਿਹੜਾ ਡਾਕਟਰ ਹੁੰਦਾ ਸੀ ਕੋਈ RMP ਵਗੈਰਾ ਉਹਦੇ ਨਾਲ ਤੋੜ ਦੇਣਾ, ਉਹ ਕਰਕੇ ਤਾਂ ਮਤਲਬ ਸਾਰਾ ਕੁਛ ਹੁੰਦਾ ਸੀਗਾ। ਇੱਕ ਹੋਰ ਚੀਜ਼ ਜਿਹੜੀ ਯਾਦ ਕਰਾ ਦਵਾਂ, ਅੱਜ ਕੱਲ੍ਹ ਖਤਮ ਹੁੰਦੀ ਬੰਨੀ ਟਰੱਕ ਨਾਲ ਬਾਂਦਰੀ,
ਇਹ ਸ਼ੌਕ ਯਾਰਾਂ ਦੇ ਕੁਛ ਇੱਦਾਂ ਸਦੀਕ ਸਾਹਿਬ ਦਾ ਗਾਣਾ ਸੀ, ਕਿਹਦਾ ਗਾਣਾ ਸੀਗਾ, ਉਹ ਵੀ ਗਾਣਾ ਸੀ ਬਾਂਦਰੀ ਨਾਲ ਰੱਖਦੇ ਸੀ, ਬੰਦਾ ਪੁੱਛੇ ਉੱਪਰ ਟੂਲ ਦੇ ਉੱਪਰ ਬਿਠਾਈ ਹੁੰਦੀ ਸੀਗੀ ਅਤੇ ਉਹਨੂੰ ਐਂ ਟੂਲ 'ਤੇ ਬਿਠਾ ਕੇ ਵੀ ਉਹਨੇ ਵਿਚਾਰੀ ਨੇ ਕੀ ਕਸੂਰ ਕੀਤਾ, ਠੰਡ ਹੁੰਦੀ, ਠੰਡ 'ਚ ਸ਼ਾਇਦ ਅੰਦਰ ਲੈ ਆਉਂਦੇ ਹੋਣੇ ਆ, ਪਰ ਟਰੱਕਾਂ ਵਾਲੇ ਬੜੇ ਕਮਾਲ ਦੇ ਜਿਹੜੇ ਹੈਗੇ ਨੇ ਉਹ ਉਧਰਲੇ ਮੁਲਕਾਂ ਦੇ ਵਿੱਚ ਹੈਗੇ ਨੇ। ਪਰ ਇੱਧਰ ਜਿਹੜੀ ਅਸੀਂ ਗੱਲ ਕਰੀਏ ਨਸ਼ਿਆਂ ਦੀ, ਜਿਵੇਂ ਮੈਂ ਗੱਲ ਕੀਤੀ ਆ, ਔਰ ਜਾਂ ਟੀਮ ਡਰਾਈਵਰ ਦੀ ਗੱਲ ਕੀਤੀ ਆ, ਟੀਮ ਡਰਾਈਵਰ ਵਾਲੀ ਬੜੀ ਵਧੀਆ ਗੱਲ ਹੈ, ਔਰ ਟੀਮ ਡਰਾਈਵਰ ਦੇ ਨੁਕਸਾਨ ਵੀ ਹੈਗੇ ਨੇ। ਇੱਕ ਕਮੈਂਟਰੀਏਟਰ ਸੀ ਆ ਕੈਨੇਡਾ ਦਾ, ਸ਼ਾਇਦ ਸਾਡੇ ਦਰਸ਼ਕਾਂ ਨੂੰ ਪਤਾ ਹੋਵੇਗਾ, ਉਹ ਫਿਰ ਮੀਆਂ ਬੀਵੀ ਦੀ ਲੜਾਈ ਹੋਈ ਜਦੋਂ ਟੀਮ ਡਰਾਈਵਰ ਦੇ ਵਿੱਚ, ਅਤੇ ਬਹੁਤ ਜ਼ਿਆਦਾ ਲੜਾਈ ਵੱਧ ਗਈ, ਬਹੁਤ ਜ਼ਿਆਦਾ, ਕਿਤੇ ਰਾਹ 'ਚ ਰੁਕੇ ਹੋਣੇ ਆ, ਕਿਸੇ ਗੱਲ ਤੋਂ ਲੜਾਈ ਹੋਈ, ਤਾਂ ਉਹ ਲੜਾਈ ਇੱਥੋਂ ਤੱਕ ਵੱਧ ਗਈ ਕਿ ਉਹਨੇ ਕੋਈ ਚੀਜ਼ ਜਿਹੜੀ ਪਈ ਸੀ, ਜਾਂ ਤਾਂ ਕੋਈ ਟਾਇਰ ਟੂਰ ਖੋਲ੍ਹਣ ਵਾਲਾ ਜਾਂ ਕੁਛ ਕੋਈ ਪਾਨਾ ਵਗੈਰਾ ਸੀ ਉਹਦੇ ਹੱਥ 'ਚ, ਅਤੇ ਉਹ ਗਲਤੀ ਨਾਲ ਹੱਥ ਆ ਗਿਆ, ਗਲਤੀ ਨਾਲ ਆ ਗਿਆ ਜਾਂ ਉਹਨੇ ਲੈ ਜਾਂਦਾ, ਤਾਂ ਉਹਦੇ ਵੱਜਾ ਜਦੋਂ ਤਾਂ ਉਸ ਲੇਡੀ ਦੀ ਡੈਥ ਹੋ ਗਈ ਸੀਗੀ। ਸੋ ਇਹ ਨੁਕਸਾਨ ਬਹੁਤ ਵੱਡਾ ਹੋ ਸਕਦਾ, ਕਿਉਂਕਿ ਮੀਆਂ ਬੀਵੀ ਦੇ ਵਿੱਚ ਝਗੜਾ ਜਿਹੜਾ ਹੋ ਜਾਂਦਾ ਅਕਸਰ। ਸੋ ਟੀਮ ਡਰਾਈਵਰ ਜੇ ਬਣਦੇ ਹੋ, ਘਰਵਾਲੀ ਨਾਲ ਬਣਦੀ ਆ, ਤਾਂ ਉਦੋਂ ਧਿਆਨ ਰੱਖਣਾ ਪਏਗਾ ਗੱਲਾਂ ਬਾਤਾਂ ਜਿਹੜੀਆਂ, ਪਹਿਲਾਂ ਕਲੀਅਰ ਕਰਕੇ ਫਿਰ ਤੁਰਨਾ ਪਏਗਾ। ਊਂ ਤਾਂ ਵੈਸੇ ਆਮ ਤੌਰ 'ਤੇ ਤਾਂ ਇਹੀ ਦੇਖਿਆ, ਹੁਣ ਪਹਿਲਾਂ ਸਮਾਂ ਸੀ ਕਿ ਟਰੱਕਾਂ ਨਾਲ ਲੇਡੀਜ਼ ਦਾ ਕੋਈ ਜ਼ੀਰੋ ਸੰਬੰਧ ਹੁੰਦਾ ਸੀ, ਕੋਈ ਸੰਬੰਧ ਨਹੀਂ ਹੁੰਦਾ ਸੀ, ਔਰ ਅੱਜ ਕੱਲ੍ਹ ਜਿਹੜਾ ਇੱਧਰ ਬਾਹਰਲੇ ਮੁਲਕਾਂ ਦਾ ਸਿਸਟਮ ਹੈਗਾ, ਅੱਜ ਕੱਲ੍ਹ ਆਫਿਸ ਤੋਂ ਲੈ ਕੇ ਡਿਸਪੈਚਿੰਗ ਤੋਂ ਲੈ ਕੇ ਡਰਾਈਵਿੰਗ ਤੱਕ ਜਿਹੜੀਆਂ ਲੇਡੀਜ਼ ਨੇ ਉਹ ਚਲਾਉਂਦੀਆਂ ਨੇ ਟਰੱਕ, ਡਰਾਈਵਿੰਗ ਤੱਕ ਸਾਰਾ ਕੁਛ ਆਪ ਕਰਦੀਆਂ ਨੇ। ਇੱਧਰਲੇ ਮੁਲਕਾਂ ਜਦੋਂ ਅਸੀਂ ਪਹਿਲਾਂ ਬਾਹਰਲੇ ਮੁਲਕਾਂ 'ਚ ਆਉਣੇ ਸ਼ੁਰੂ ਹੋਏ ਹਾਂ, ਤਾਂ ਪਹਿਲਾਂ ਤਾਂ ਜਦੋਂ ਟਰੱਕ ਹੀ ਦੇਖਿਆ, ਟਰੱਕ ਇੱਧਰਲੇ ਦੇਖੇ ਤਾਂ ਅੱਖਾਂ ਐਂ ਖੁੱਲੀਆਂ ਰਹਿ ਗਈਆਂ, ਉਹ ਇੰਨੇ ਸਾਫ਼ ਹੋਏ, ਇੰਨੇ ਸਾਫ਼ ਟਰੱਕ, ਇੰਨੇ ਸਾਫ਼ ਸੁਥਰੇ ਟਾਇਰ ਟੂਰ ਜਮਾਂ। ਅਤੇ ਪਰ ਜਦੋਂ ਫਿਰ ਇੱਕ ਦਿਨ ਅਸੀਂ ਕਿਤੇ ਖੜ੍ਹੇ ਸੀ, ਜਦੋਂ ਪਹਿਲੀ ਵਾਰੀ ਆਏ ਸੀਗੇ ਭਗਵੰਤ ਮਾਨ, ਅਸੀਂ ਪ੍ਰੋਗਰਾਮ ਕਰਨੇ ਇੱਧਰ ਬਾਹਰਲੇ ਮੁਲਕਾਂ ਦੇ ਵਿੱਚ, ਕਿਤੇ ਖੜ੍ਹੇ ਸੀਗੇ, ਰੈਸਟ ਏਰੀਆ ਜਿਹੜਾ ਹੁੰਦਾ, ਖਾਣ ਪੀਣ ਦਾ ਸਮਾਨ ਹੁੰਦਾ ਸਾਰਾ, ਅਤੇ ਉੱਥੇ ਉਹ ਜਨਾਨੀ ਇੱਕ ਨਿਕਲੀ ਟਰੱਕ 'ਚੋਂ, ਗੋਰੀ ਸੀਗੀ। ਮੈਂ ਇਕੱਲੇ ਦੱਸ, ਮੈਂ ਕਿਹਾ ਵੀ ਇਹ ਨਾਲ ਨੂਲ ਹੋਣੀ, ਕਹਿੰਦੇ ਨਹੀਂ ਨਹੀਂ ਇਹ ਡਰਾਈਵਰ ਆਪ ਖੁਦ ਇਕੱਲੀ ਚਲਾਉਂਦੀ ਹੈ, ਇੱਥੇ ਬਹੁਤ ਸਾਰੀਆਂ ਜਨਾਨੀਆਂ ਚਲਾਉਂਦੀਆਂ। ਤਾਂ ਹੁਣ ਪਤਾ ਲੱਗਾ, ਹੁਣ ਤਾਂ ਬਹੁਤ ਸਾਰੀਆਂ ਪੰਜਾਬਣਾਂ ਜਿਹੜੀਆਂ ਉਹ ਵੀ ਇੱਥੇ ਸਾਡਾ ਵਾਹ ਪੈਂਦਾ ਹੁੰਦਾ ਟਰੱਕ ਡਰਾਈਵਿੰਗ ਸਕੂਲਾਂ ਦੇ ਨਾਲ, ਤਾਂ ਉਹ ਵੀ ਕਾਫੀ ਇਸ ਬਿਜ਼ਨਸ ਦੇ ਵਿੱਚ ਹੈਗੀਆਂ। ਅਗਰ ਅਸੀਂ ਟਰੱਕ ਇੰਡਸਟਰੀ ਦੀ ਗੱਲ ਕਰੀਏ, ਤਾਂ ਟਰੱਕ ਇੰਡਸਟਰੀ ਦੇ ਵਿੱਚ ਤਾਂ ਬਹੁਤ ਵੱਡਾ ਯੋਗਦਾਨ ਅੱਜ ਕੱਲ੍ਹ ਲੇਡੀਜ਼ ਦਾ ਹੈਗਾ, ਬੀਬੀਆਂ ਭੈਣਾਂ ਦਾ ਹੈਗਾ। ਸੋ ਮੈਂ ਫਿਰ ਇੱਕ ਵਾਰ ਦੱਸ ਦੇਵਾਂ ਕਿ ਟਰੱਕਾਂ ਦਾ ਸ਼ੋਅ ਵੀ ਸਾਡਾ ਚੱਲਦਾ, ਇੱਕ ਜਿਹੜਾ ਕਿ ਸਿਰਫ ਅਤੇ ਸਿਰਫ ਟਰੱਕ ਇੰਡਸਟਰੀ ਨਾਲ ਸੰਬੰਧਿਤ ਹੈਗਾ, ਉਹਦਾ ਨਾਂ ਹੈਗਾ ਦਾ ਟਰੱਕ ਸ਼ੋਅ, ਮਾਈਲਸ ਐਨ ਸਟਾਈਲ। ਉਹ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਿਤੇ ਵੀ, ਜਾਂ ਤੁਸੀਂ ਬੇਸ਼ੱਕ ਡਰਾਈਵਰ ਹੋ, ਜਾਂ ਤੁਸੀਂ ਆਪਣੀ ਚਾਹੇ ਇੱਕ ਟਰੱਕ ਆ, ਚਾਹੇ 20 ਟਰੱਕ ਨੇ, ਚਾਹੇ ਰਿਪੇਅਰ ਦਾ ਕੰਮ ਆ, ਚਾਹੇ ਇੰਸ਼ੋਰੈਂਸ ਦਾ ਕੰਮ ਆ, ਚਾਹੇ ਕਿਸੇ ਦਾ ਕੰਮ ਹੈਗਾ, ਤਾਂ ਉਹ ਤੁਸੀਂ ਆਪਣੇ ਬਿਜ਼ਨਸ 'ਤੇ ਕਰਵਾ ਸਕਦੇ ਹੋ। ਥੋੜ੍ਹੀ ਜਿਹੀ ਬਿਲਕੁਲ ਜੈਨੂਅਨ ਜੀ ਉਹਦੀ ਅਸੀਂ ਫੀਸ ਰੱਖੀ, ਖਰਚਾ ਜਿਹੜਾ ਹੁੰਦਾ, ਅਤੇ ਉਹਨੂੰ ਤੁਸੀਂ ਈਮੇਲ ਮੈਨੂੰ ਕਰ ਸਕਦੇ ਹੋ, ਅਗਰ ਕਰਨਾ jaggi@jasbroadcasting.com ਜਾਂ ਫਿਰ info@jasbroadcasting.com 'ਤੇ ਈਮੇਲ ਕਰਕੇ ਵੀ ਸੰਪਰਕ ਕਰ ਸਕਦੇ ਹੋ। ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362। ਇਹਤੇ ਵੀ ਅਕਸਰ ਤੁਹਾਡੀਆਂ ਗੱਲਾਂ ਆ ਜਾਂਦੀਆਂ, ਬਹੁਤ ਸਾਰੇ ਅਸੀਂ ਟਰੱਕਾਂ ਦੇ ਸ਼ੋਅ ਕੀਤੇ ਨੇ ਬੇਕਰ ਫੀਲਡ ਵਗੈਰਾ, ਤਾਂ ਉਹਨਾਂ ਨੇ ਸ਼ੋਅ ਦੇਖ ਕੇ ਸਾਨੂੰ ਫਿਰ ਨੰਬਰ ਦੇ ਉੱਪਰ ਫੋਨ ਕਰਕੇ, ਨੰਬਰ 'ਤੇ ਫੋਨ ਆ ਜਾਂਦਾ ਸੀ, ਫਿਰ ਅਸੀਂ ਜਿਹੜੀ ਕਾਲ ਉਹ ਕੀਤੀ ਆ। ਸੋ ਟਰੱਕਾਂ ਦੀ ਅੱਜ ਗੱਲਬਾਤ ਕੀਤੀ ਹੈ, ਤਾਂ ਉਮੀਦ ਕਰਦਾ ਤੁਹਾਨੂੰ ਵਧੀਆ ਲੱਗੀ ਹੋਊਗੀ ਜੀ, ਕਿਉਂਕਿ ਟਰੱਕਾਂ ਦੀ, ਟਰੱਕ ਇੰਡਸਟਰੀ ਇੱਕ ਐਸੀ ਇੰਡਸਟਰੀ ਹੈ, ਚਾਹੇ ਪੰਜਾਬ ਦੇ ਤਾਂ ਇੱਧਰ ਲੱਭੇ, ਬੇਸ਼ੱਕ ਜ਼ਮੀਨ ਅਸਮਾਨ ਦਾ ਫਰਕ ਹੈਗਾ, ਪਰ ਫਿਰ ਵੀ ਟਰੱਕ ਟਰੱਕ ਹੀ ਹੁੰਦੇ ਆ, ਡਰਾਈਵਰ ਡਰਾਈਵਰ ਹੁੰਦੇ ਨਾਲ ਜਿਨ੍ਹਾਂ ਨੇ ਚਲਾਉਣੇ ਆ, ਜਿਹੜੀ ਰੋਡ 'ਤੇ ਦੁਹਾਈਆਂ ਪਾਵੇ। ਯਾਰਾਂ ਦਾ ਟਰੱਕ ਬੱਲੀਏ, ਨਵਾਂ ਲੈ ਰਿਹਾ ਟਰੱਕ ਤੇਰੇ ਯਾਰ ਨੇ ਨਹੀਂ, ਬਾਬਿਆਂ ਦੇ ਚੱਲ ਚੱਲੀਏ, ਸੁਰਿੰਦਰ ਸ਼ਿੰਦੇ ਦੇ ਸਦਾ ਬਹਾਰ ਗਾਣੇ, ਕੁਲਦੀਪ ਮਾਨਕ ਸਾਹਿਬ ਦੇ ਅਕਸਰ ਸੁਣਦੇ ਹੁੰਦੇ ਸੀਗੇ, ਅਤੇ ਅੱਜ ਟਰੱਕਾਂ ਦੀਆਂ ਗੱਲਾਂ ਬਾਤਾਂ ਵੀ ਤੁਹਾਨੂੰ ਵਧੀਆ ਲੱਗੀਆਂ ਹੋਣਗੀਆਂ। ਈਮੇਲ ਕਰ ਸਕਦੇ ਹੋ ਜਾਂ ਮੈਨੂੰ ਫੋਨ 'ਤੇ ਫੋਨ ਵੀ ਕਰ ਸਕਦੇ ਹੋ, ਪਰ ਮੈਂ ਤੁਹਾਡੇ ਕੋਲ ਵਿਦਾ ਲੈਣ ਤੋਂ ਪਹਿਲਾਂ ਇੱਕ ਗੀਤ ਜਿਹੜਾ ਹੋਰ ਹੈ, ਬੱਬੂ ਮਾਨ ਦਾ ਗੀਤ ਹੈ ਉਹ, ਬੱਬੂ ਮਾਨ ਦੇ ਬਹੁਤ ਸਾਰੇ ਫੈਨ ਹੋਣਗੇ, ਕਿ ਜੱਟ ਨੇ ਟਰਾਲਾ ਪਾਉਣਾ ਹੈ ਡਾਲੇ 'ਤੇ ਗੋਤ ਲਿਖਾਉਣਾ ਹੈ, ਵਧੀਆ ਗੀਤ, ਖੈਰ ਬੱਬੂ ਮਾਨ ਸਾਹਿਬ ਗਾਉਂਦੇ ਨੇ, ਫੈਨ ਫਾਲੋਇੰਗ ਬਹੁਤ ਹੈ ਉਹਨਾਂ ਦੀ। ਸੋ ਇਹ ਗੀਤ ਮੈਂ ਤੁਹਾਡੇ ਨਾਲ ਸਾਂਝਾ ਕਰਦਾ, ਇਸ ਗੀਤ ਤੋਂ ਬਾਅਦ ਮੈਨੂੰ ਤੁਸੀਂ ਆਗਿਆ ਹੁਣ ਦੇ ਦਿਓ ਗੀਤ ਸੁਣ ਕੇ, ਆਗਿਆ ਮੈਂ ਪਹਿਲਾਂ ਲੈ ਲੈਣਾ, ਅਤੇ ਜ਼ਰੂਰ ਦੇਖਦੇ ਰਹੋ ਜਸ ਪੰਜਾਬੀ, ਅਤੇ ਜਸ ਪੰਜਾਬੀ ਦੀ ਕੋਈ ਗੱਲਬਾਤ, ਖਬਰ ਸਾਹਿਬ ਦੇਣੀ ਚਾਹੁੰਦੇ ਹੋ, ਕੋਈ ਨਿਊਜ਼ ਦੇਣੀ ਚਾਹੁੰਦੇ ਹੋ, ਕੋਈ ਐਡ ਦੇਣੀ ਚਾਹੁੰਦੇ ਹੋ, ਤਾਂ ਜਦੋਂ ਮਰਜ਼ੀ ਸਾਨੂੰ ਸੰਪਰਕ ਕਰ ਸਕਦੇ ਹੋ, ਸਾਡੇ ਫੋਨ ਨੰਬਰ ਜਿਹੜੇ ਉੱਤੇ ਆਉਂਦੇ ਨੇ। ਹੁਣ ਅਖੀਰ ਦੇ ਵਿੱਚ ਤੁਸੀਂ ਮਾਣੋ ਇਸ ਗੀਤ ਦਾ ਆਨੰਦ, ਮੈਨੂੰ ਦਿਓ ਆਗਿਆ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।